ਨਿਤ ਜਪੀਏ ਨਿਤ ਜਪੀਏ ਸਾਸ ਗਿਰਾਸਨਾ ਪਰਵਦਗਾਰ ਦਾ ਨਿਤ ਜਪੀਏ ਨਿਤ ਜਪੀਏ ਨਿਤ ਜਪੀਏ ਸਾਸ ਗਿਰਾਸਨਾ ਆਪ ਪਾਵਣ ਹਾਰ
ਸਭ ਕੁਛ ਜਾਣੇ ਜਾਣ ਬੁੱਝ ਵਿਚਾਰ ਦਾ ਨਿਤ ਜਪੀਏ ਨਿਤ ਜਪੀਏ ਨਿਤ ਜਪੀਏ ਸਾਸ ਗਿਰਾਸ ਨਾ ਪਰਵਦ ਕਰਦਾ ਨਾ ਪਰਵਦ ਕਰਦਾ ਨਿਤ ਜਪੀਏ ਜਪੀਏ ਨਿਤ ਜਪੀਏ ਨਿਤ ਜਪੀਏ ਸਾ
ਜਪੀਏ। ਸ੍ਰੀ ਸੁਖਮਨੀ ਸਾਹਿਬ ਦੇ ਜਾਤ ਜਨਮ ਕਰਵਾਏ ਗਏ ਸਨ, ਆਪ ਜੀਆਂ ਦੀ ਰਹਿਮਤ ਸਦਕਾ ਪਾਤਸ਼ਾਹ ਜੀ ਭੋਗ ਪਾਏ ਗਏ। ਕਰਤਾਰ ਪਾਤਸ਼ਾਹ ਜੀ ਸੇਵਕ ਪਰਿਵਾਰ ਨੂੰ ਚੜ੍ਹਦੀ ਕਲਾ ਨਾਮ ਦਾਨ, ਗੁਰਸਿੱਖੀ ਜੀਵਨ ਬਖਸ਼ ਕਰਨਾ, ਸ਼ਬਦ ਮਨੋਕਾਮਨਾ ਪੂਰਨ ਕਰਨੀਆਂ, ਹੋਈਆਂ ਭੁਲਾ ਜਪਾਂ ਦੀ ਕਰਮਾ ਕਰਨੀਆਂ, ਰਾਮਦਾਸ ਦੇ ਸਮਰਤੀ ਬਖਸ਼ਣੀ ਪਾਤਸ਼ਾਹ ਜੀ ਬਖਸ਼ਿਆ ਭੰਡਾਰਿਆਂ ਦੇ ਵਿੱਚੋਂ ਗੁਰਾਂ ਪਾਤਸ਼ਾਹ ਦੀ ਦੀਦ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਏ ਪ੍ਰਸ਼ਾਦ, ਸਾਧ ਸੰਗਤ ਗੁਰਤਾਂ ਦੀ ਆਗਿਆ ਪੁੱਛਣੀ, ਜੋ ਜੀ ਸਕੇ ਸੋ ਆਪ ਜੀਆਂ ਦਾ ਪਵਿੱਤਰ ਨਾਮ ਜਪੇ ਪਾਤਸ਼ਾਹ ਜੀ। ਦੇਸਾਂ ਦੇਸ਼ਾਂ ਜਨਾਂਗ ਸੰਗ ਸਹਾਇਤਾ ਕਰਨੀ, ਸਰਬੱਧੀ ਕਾਰਜ ਰਾਸ ਕਰਨੇ ਪਾਤਸ਼ਾਹ ਜੀ। ਆਪ ਜੀ ਤਕਰੀਬਨ ਦੀ ਜਾਪ ਕਰਨੀਆਂ, ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭਾਈਕਾਂ ਦੀ ਕਰਮਾ ਕਰਨੀ, ਅਗਾਂਹ ਵੱਧਦੀ ਸਮਰਥ ਆਪਣੀ ਸਰਬੱਧੀ ਕਾਰਜ ਰਾਸ ਕਰਨੇ ਪਾਤਸ਼ਾਹ ਜੀ। ਸਹੀ ਪਿਆਰੇ ਗੁਰੂ ਕਬੀਰ ਨੇ ਜਨਾਵਾਂ ਦੇ ਨਾਮ ਦਿੱਤੇ ਆਵੈ, ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ।
ਵਾਹਿਗੁਰੂ 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 ਨਿਤ ਜਪੀਐ ਸਾਸ ਗਿਰਾਸ ਨਾਮ ਪਰਵਤ ਵਰ ਨਾਮ ਪਰਵਤ ਵਰ ਨਿਤ ਜਪੀਐ ਗੁਰੂ ਗੁਣ ਗਾਵਾਂ ਗੁਣ ਗਾਵਾਂ ਨਿਤ ਤੇਰੇ ਵਾਹਿਗੁਰੂ ਗੁਣ ਗਾਵਾਂ ਤੁਝ ਬਿਨ ਅਮਰ ਨ ਜਾਣਾ ਮੇਰੇ ਸਾਹਿਬਾ ਤੁਝ ਬਿਨ ਅਮਰ ਨ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਵਾਹਿਗੁਰੂ ਗੁਣ ਗਾਵਾਂ ਗੁਣ ਗਾਵਾਂ ਨਿਤ ਤੇਰੇ ਵਾਹਿਗੁਰੂ ਗੁਣ ਗਾਵਾਂ ਘਟੇ ਤੀਰਥ ਨਾਵਾ ਘਟੇ ਤੀਰਥ ਨਾਵਾ ਮਨ ਮੰਦਰ ਤਨ ਵੇਸ ਕਲੰਦਰ ਘਟੇ ਤੀਰਥ ਨਾਵਾ ਘਟੇ ਤੀਰਥ ਨਾਵਾ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬੌੜ ਜਨਮ ਨਾਇਆ ਵਾ ਬੌੜ ਜਨਮ ਨਾਇਆ ਵਾ ਸ਼ਬਦ ਮੇਰੇ ਪ੍ਰਾਨ ਬਸਤ ਹੈ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬੋਲ ਜਨਮ ਨਾਇਆ ਵਾ ਵਾਹਿਗੁਰੂ ਗੁਣ ਗਾਵਾਂ ਗੁਣ ਗਾਵਾਂ ਨਿਤ ਤੇਰੇ ਵਾਹਿਗੁਰੂ ਗੁਣ ਗਾਵਾਂ ਗੁਣ ਗਾਵਾਂ ਨਿਤ ਤੇਰੇ ਵਾਹਿਗੁਰੂ ਗੁਣ ਗਾਵਾਂ ਕੁਝ ਬਿਨ ਅਵਰ ਨ ਜਾਣਾ ਮੇਰੇ ਤੁਝ ਬਿਨ ਅਮਰ ਨ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਵਾਹਿਗੁਰੂ ਗੁਣ ਗਾਵਾਂ ਗੁਣ ਗਾਵਾਂ ਨਿਤ ਤੇਰੇ ਵਾਹਿਗੁਰੂ ਮੇਰੀ ਮਾਈ ਦਿਆਲ ਸੇਤੀ ਮੇਰੀ ਮਾਈ
ਗਾਵਾਂ, ਨਿਤ ਤੇਰੇ ਵਾਹਿਗੁਰੂ ਗੁਣ ਗਾਵਾਂ, ਗੁਣ ਗਾਵਾਂ, ਨਿਤ ਤੇਰੇ ਵਾਹਿਗੁਰੂ ਗੁਣ ਗਾਵਾਂ। ਕੁਝ ਬਿਨ ਅਵਰ ਨ ਜਾਣਾ ਮੇਰੇ ਸਾਹਿਬਾ, ਕੁਝ ਬਿਨ ਅਵਰ ਨ ਜਾਣਾ ਮੇਰੇ ਸਾਹਿਬਾ, ਗੁਣ ਗਾਵਾਂ, ਨਿਤ ਤੇਰੇ ਵਾਹਿਗੁਰੂ ਗੁਣ ਗਾਵਾਂ, ਗੁਣ ਗਾਵਾਂ, ਨਿਤ ਤੇਰੇ ਵਾਹਿਗੁਰੂ ਗੁਣ ਗਾਵਾਂ, ਪਾਰਾ ਚਿੰਤਾ ਕਰੋ ਹਮਾਰੀ, ਚਿੰਤਾ ਕਰੋ ਹਮਾਰੀ, ਚਲ ਤਲ ਮੈਰੀ ਅਲ ਭਰਪੂਰ ਲੀਣਾ, ਘੱਟ ਘੱਟ ਜੋਤ ਤੁਮਾਰੀ, ਘੱਟ ਘੱਟ ਜੋਤ ਤੁਮਾਰੀ, ਚਲ ਥਲ ਮਹਿਲ ਪਾਰਪੁਰ ਲੀਣਾ, ਚਲ ਥਲ ਮਹਿਲ ਪਾਰਪੁਰ ਲੀਣਾ, ਘੱਟ ਘੱਟ ਜੋਤ ਤੁਮਾਰੀ, ਵਾਹਿਗੁਰੂ ਗੁਣ ਗਾਵਾਂ, ਗੁਣ ਗਾਵਾਂ, ਨਿਤ ਤੇਰੇ ਵਾਹਿਗੁਰੂ ਗੁਣ ਗਾਵਾਂ, ਗੁਣ ਗਾਵਾਂ, ਨਿਤ ਤੇਰੇ ਵਾਹਿਗੁਰੂ ਗੁਣ ਗਾਵਾਂ। ਕੁਝ ਬਿਨ ਅਵਰ ਨ ਜਾਣਾ ਮੇਰੇ ਸਾਹਿਬਾ, ਕੁਝ ਬਿਨ ਅਵਰ ਨ ਜਾਣਾ ਮੇਰੇ ਸਾਹਿਬਾ, ਗੁਣ ਗਾਵਾਂ, ਨਿਤ ਤੇਰੇ ਵਾਹਿਗੁਰੂ ਗੁਣ ਗਾਵਾਂ, ਗੁਣ ਗਾਵਾਂ, ਨਿਤ ਤੇਰੇ ਵਾਹਿਗੁਰੂ ਤੇਰੇ ਵਾਹਿਗੁਰੂ ਗੁਣ ਗਾਵਾਂ, ਗੁਣ ਗਾਵਾਂ, ਨਿਤ ਤੇਰੇ ਵਾਹਿਗੁਰੂ ਗੁਣ ਗਾਵਾਂ। ਕੁਝ ਬਿਨ ਅਵਰ ਨ ਜਾਣਾ ਮੇਰੇ ਸਾਹਿਬਾ, ਕੁਝ ਬਿਨ ਅਵਰ ਨ ਜਾਣਾ ਮੇਰੇ ਸਾਹਿਬਾ, ਗੁਣ ਗਾਵਾਂ, ਨਿਤ ਤੇਰੇ ਵਾਹਿਗੁਰੂ ਗੁਣ ਗਾਵਾਂ, ਗੁਣ ਗਾਵਾਂ, ਨਿਤ ਤੇਰੇ ਵਾਹਿਗੁਰੂ ਗੁਣ ਗਾਵਾਂ।
ਜੰਤ ਸਭ ਸਰਣ ਤੁਮਾਰੀ, ਸਰਬ ਚਿੰਤ ਤੁਧ ਪਾਸੇ, ਸਰਬ ਚਿੰਤ ਤੁਧ ਪਾਸੇ। ਜੋ ਦੁੱਧ ਪਾਵੇ ਸੋਈ ਚੰਗਾ, ਜੋ ਦੁੱਧ ਪਾਵੇ ਸੋਈ ਚੰਗਾ, ਇੱਕ ਨਾਨਕ ਦੀ ਅਰਦਾਸ ਵਾਹਿਗੁਰੂ ਗੁਣ ਗਾਵਾਂ, ਗੁਣ ਗਾਵਾਂ ਨਿਤ ਤੇਰੇ ਵਾਹਿਗੁਰੂ ਗੁਣ ਗਾਵਾਂ। ਜਾਣਾ ਮੇਰੇ ਸਾਹਿਬਾ, ਤੁਝ ਮੇਰੇ ਅਮਰ ਨ ਜਾਣਾ ਮੇਰੇ ਸਾਹਿਬਾ, ਗੁਣ ਗਾਵਾਂ ਨਿਤ ਤੇਰੇ ਵਾਹਿਗੁਰੂ ਗੁਣ ਗਾਵਾਂ, ਗੁਣ ਗਾਵਾਂ ਨਿਤ ਤੇਰੇ ਵਾਹਿਗੁਰੂ ਗੁਣ ਗਾਵਾਂ।
ਦਰਸ਼ਨ ਗੁਰ ਕਾ ਦਰਸ਼ਨ ਗੁਰ ਕਾ ਦਰਸ਼ਨ ਗੁਰ ਕਾ ਦਰਸ਼ਨ ਰਹਿਣ ਨਿਤ ਮਜਨ ਕਰੋ ਜਨਮ ਜਨਮ ਕੀ ਹੋ ਮੈਂ ਮਲ ਹਰੋ ਹੋ ਮੈਂ ਮਲ ਹਰੋ ਹੋ ਮੈਂ ਮਲ ਹਰੋ ਜਨਮ ਜਨਮ ਕੀ ਹੋ ਮੈਂ ਮਲ ਹਰੋ ਜਨਮ ਜਨਮ ਕੀ ਹੋ ਮੈਂ ਮਲ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਪੀਵਾ ਗੁਰ ਕੇ ਚਰਨ ਧੋਏ ਧੋਏ ਪੀਵਾ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਚਰਨ ਧੋਏ ਧੋਏ।
ਗਤ ਜਾਣੀ ਤਿਸ ਗੁਰ ਕੈ ਗ੍ਰਹਿ ਪੀ ਸੋਨੀ ਜਿਸ ਪ੍ਰਸਾਦ ਵੈਰੀ ਸਭ ਮੀ ਜਿਨ ਗੁਰ ਮੋਕੋ ਨਹੀਂ ਮਿਲਿਆ ਲੈ ਲਓ ਦੂਆ ਬੰਦਾ ਨਾ ਲਵੇ ਜੇ ਕੋ ਹੈਗਾ ਉਹ ਨਾ ਲਵੇ ਸ਼ਹੀਆਂ ਦੀ ਜਗਦੀ ਜਾਓ ਧੰਨ ਧੰਨ ਦਾਤਾ ਧਿਆਨ ਸਫਲਤਾ ਜੀ ਗੁਰੂ ਜੀ ਵਾਹਿਗੁਰੂ ਪਿਆਰਿਆਂ ਜਹਾਂ ਸਾਹਿਬ ਜਾਦਿਆਂ ਚਾਲੀ ਮੁਕਤਿਆਂ ਹਠੀਆਂ ਜਗੀਆਂ ਜਗੀਆਂ ਨਾਮ ਜਪਿਆ ਬੰਦਗੀ ਛਕਿਆ ਦੇਵ ਜਲਾਈ ਦੇ ਵਾਹੀ ਦੇਹ ਕੀਰਨ ਰਠਗੀ ਤਤਨਾ ਪਿਆਰਿਆਂ ਸੱਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਸਫਲਤਾ ਜੀ ਗੁਰੂ ਜੀ ਵਾਹਿਗੁਰੂ ਜੀ ਜਿਨ੍ਹਾਂ ਸਿੰਘਾਂ ਸਿੰਘਾਂ ਨੇ ਧਰਮ ਨਾਰਿਆਂ ਨਾਲ ਚਰਵਾਈ ਗਏ ਗੁਰਦੁਆਰਿਆਂ ਨੂੰ ਸੇਵਾਲੇ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇ ਸਤਿਵਾਹੀ ਇਹਨਾਂ ਮਹਾਨ ਸਿੰਘਾਂ ਸਿਮਰਨੀਆਂ ਪਚੰਗੀਆਂ ਮਹਾਂਪੁਰਖਾਂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਖਾ ਜੀ ਬੋਲੋ ਦਿਨਾਂ ਦੇ ਪੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਆਪਣੇ ਪਿਆਰੇ ਪੰਥ ਸਾਹਿਬ ਬਖਸ਼ੋ ਜੀ ਇਹ ਨਵਾਣਿਆਂ ਦੇ ਮਾਣ ਸਤਿਗੁਰੂ ਨੇ ਦਾਣਿਆਂ ਦੇ ਤਾਣ ਸਤਿਗੁਰੂ ਨੇ ਓਟਿਆਂ ਦੀ ਓਟ ਸਤਿਗੁਰੂ ਨੇ ਆਸਰਿਆਂ ਦੇ ਆਸਰੇ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਓ ਆਪ ਜੀਆਂ ਦੇ ਪਾਵਨ ਪਵਿੱਤਰ ਚਰਨ ਗੁਣਾ ਅਰਦਾਸ ਬੇਨਤੀ ਹੈ ਪਾਤਸ਼ਾਹ ਜੀਓ ਸਤਾਰ ਪਾਤਸ਼ਾਹ ਜੀਓ ਬਾਬਾ ਸ਼ਾਹ ਤਾਰੀ ਦੇ ਪਵਿੱਤਰ ਸਥਾਨਾਂ ਦੇ ਤਾਰ ਪਾਤਸ਼ਾਹ ਜੀਓ ਸੇਵਕ ਪਰਿਵਾਰਾਂ ਵੱਲੋਂ ਤਾਰ ਪਾਤਸ਼ਾਹ ਇਨਸਾਨ ਸਾਹਿਬ ਦੀ ਸੇਵਾ ਕੀਤੀ ਗਈ ਪਹਿਲੇ ਇਨਸਾਨ ਸਾਹਿਬ ਦੀ ਪਾਤਸ਼ਾਹ ਜੀ ਸੇਵਾ ਲੰਬੜਦਾਰਾਂ ਦੇ ਸਮੂਹ ਹੀ ਪਰਿਵਾਰ ਵੱਲੋਂ ਪਾਤਸ਼ਾਹ ਜੀ ਉਹ ਸੇਵਾ ਕੀਤੀ ਗਈ ਦੂਸਰੇ ਇਨਸਾਨ ਸਾਹਿਬ ਦੀ ਸੇਵਾ ਪਾਤਸ਼ਾਹ ਜੀ ਮੇਵਾ ਸਿੰਘ ਮੰਗੂ ਸਰਦਾਰ ਪਾਤਸ਼ਾਹ ਜੀ ਉਹ ਸਮੂਹ ਹੀ ਪਰਿਵਾਰ ਵੱਲੋਂ ਤੀਸਰੇ ਪਾਤਸ਼ਾਹ ਜੀ ਇਨਸਾਨ ਸਾਹਿਬ ਦੀ ਸੇਵਾ ਸਰਦਾਰ ਪਾਤਸ਼ਾਹ ਜੀ ਸੁਖਵਿੰਦਰ ਸਿੰਘ ਜੀ ਦੇ ਸਰਦਾਰ ਪਾਤਸ਼ਾਹ ਜੀ ਆਪਣੀ ਕਿਰਪਾ ਕੀਤੀ ਬੇਟੇ ਦਾਦ ਦੀ ਸਮੂਹ ਪਰਿਵਾਰ ਵੱਲੋਂ ਪਾਤਸ਼ਾਹ ਜੀ ਉਹ ਹਰਵੀਰ ਸਿੰਘ ਜੀ ਦੇ ਘਰ ਕਾਕੇ ਖੁਸ਼ੀ ਨੂੰ ਮੁੱਖ ਰੱਖਦੇ ਹਾਂ ਪਾਤਸ਼ਾਹ ਜੀ ਇਨਸਾਨ ਸਾਹਿਬ ਦੀ ਸੇਵਾ
ਦਰ ਪਾਤਸ਼ਾਹ ਜੀ ਸਮੂਹੀ ਸੰਗਤਾਂ ਦੇ ਦਰ ਪਾਤਸ਼ਾਹ ਜੀ ਸਮੂਹੀ ਸੰਗਤਾਂ ਦੇ ਸਹਿਯੋਗ ਦੇ ਨਾਲ ਆਪ ਜੀਆਂ ਦੇ ਪਾਵਨ ਪਵਿੱਤਰ ਸਥਾਨਾਂ ਦੇ ਪਾਤਸ਼ਾਹ ਜੀ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਗਈ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਆ ਗਾਂਹ ਵਾਸਤੇ ਸਮਰੱਥ ਰੱਖਣੇ ਸਮੂਹ ਇਹ ਪਾਤਸ਼ਾਹ ਜੀ ਦੇਸ਼ਾਂ ਦੇਸ਼ਾਂ ਦੇ ਅੰਗ ਸੰਗ ਸਹਾਇਤਾ ਕਰਨੀ ਪਾਤਸ਼ਾਹ ਜੀ ਆਪ ਜੀ ਬਖਸ਼ਿਆ ਭੰਡਾਰਿਆਂ ਦੇ ਵਿੱਚੋਂ ਕੜਾ ਪ੍ਰਸ਼ਾਦੀ ਦੀਰਘ ਹਾਲਤ ਤੱਕ ਪ੍ਰਵਾਨ ਹੋ ਗਏ ਪ੍ਰਵਾਨ ਹੋਏ ਪ੍ਰਸ਼ਾਦ ਸਾਹ ਸਿੰਘ ਵਿੱਚ ਵਰਤਣ ਦੀ ਆਗਿਆ ਵਿੱਚ ਕਰਨੀ ਆਪ ਜੀਆਂ ਦੇ ਦਰਬਾਰ ਦੀ ਹਾਜ਼ਰੀ ਭਰਦੀ ਸਮੂਹ ਸਾਹ ਸਿੰਘ ਦੀ ਹਾਜ਼ਰੀ ਦਰ ਲਿਖੇ ਲਾਉਣੀ ਪਾਤਸ਼ਾਹ ਜੀ ਤਲ ਫਲ ਭੇਟਾ ਪ੍ਰਵਾਨ ਕਰਨੀ ਦਰੋ ਘਰੋ ਸੁੱਖੀ ਸਿਰ ਭਰੋਸਾ ਨਾਮ ਦਾਨ ਬਖਸ਼ਣਾ ਸਮੂਹ ਨਗਰ ਨੂੰ ਸਮੂਹ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ ਕਰਨੀ ਪਾਤਸ਼ਾਹ ਜੀ ਪ੍ਰਗਟ ਦੇ ਕਾਰਜ ਕਰਨਾ ਤੇ ਪਿਆਰੇ ਗੁਰਸਾਹਿਬ ਮੇਰੇ ਜਿਨ੍ਹਾਂ ਮਰਦਾਂ ਦਾ ਬਿਲਕੁਲ ਨਾਮ ਸਤਾਰ ਨਾਮ ਗੁਣਾਮ ਕੀਤਰਾ ਵਾਹਿਗੁਰੂ ਸੋ ਨਿਹਾਲ ਚੱਲੀਆਂ ਬੜੀ ਸਰਕਾਰ ਦਾ ਬੋਲ ਸੱਚੇ ਦਰਬਾਰ ਕੀ ਜੈ ਜੈਕਾਰ ਆਸਾਂ ਮਰਾਦਾਂ ਪੂਰੀਆਂ ਕਰਨ ਵਾਲੀ ਸੱਚੀ ਸਰਕਾਰ ਦਾ ਬੋਲ ਸੱਚੇ ਦਰਬਾਰ ਕੀ ਜੈ ਜੈਕਾਰ ਵਰਗੀਆਂ ਵਾਲੀਆਂ ਸੱਚੀਆਂ ਸਰਕਾਰਾਂ ਦਾ ਬੋਲ ਸੱਚੇ ਦਰਬਾਰ ਕੀ ਜੈ ਜੈਕਾਰ ਸਭ ਦੀ ਆਸ ਬਚਾਉਣ ਵਾਲੇ ਦਾ ਬੋਲ ਸੱਚੇ ਦਰਬਾਰ ਕੀ ਜੈ ਨੰਬਰ ਪਰਿਵਾਰ ਆਪੋ ਆਪਣੇ ਅਰਦਾਸ ਦੇ ਪੈਸੇ ਦੇ ਦੇਵੇ ਨਿੰਮੇ ਦੇ ਵੀ ਦੇ ਦਿਓ ਗੋਕੇ ਦੇ ਵੀ ਦੇ ਦਿਓ ਆਪੋ ਆਪਣੇ ਸਾਰੀ ਫੈਮਿਲੀ ਦੇ ਦਿਓ ਮੀਂਹ ਕਿੱਥੇ ਆ ਮੀਂਹ ਕਿੱਥੇ ਆ ਉੱਥੇ ਬਣਾ ਆਪਣੇ ਹੱਥੀ ਮੈਂ ਕਿਹਾ ਬਣਾ ਮਾਂ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸ਼ਰਨਾ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸ਼ਰਨਾ ਸੰਤ ਹਮਾਰੀ ਓਟ ਸਤਾਈ ਸੰਤ ਹਮਾਰਾ ਕਹਿਣਾ ਸੰਤ ਹਮਾਰੀ ਓਟ ਸਤਾਈ ਸੰਤ ਹਮਾਰਾ ਕਹਿਣਾ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਸੰਤਨ ਸਿਓ ਬਣ ਆਈ ਹਮ ਸੰਤਨ ਸਿਓ ਬਣ ਆਈ ਪੂਰਬ ਲਿਖਿਆ ਬਾਈ ਪੂਰਬ
ਇਹ ਮਨ ਤੇਰਾ ਭਾਈ ਹਮ ਸੰਤਨ ਕੀਰੇਨ ਪਿਆਰੇ ਹਮ ਸੰਤਨ ਕੀ ਸ਼ਰਨਾ ਹਮ ਸੰਤਨ ਕੀਰੇਨ ਪਿਆਰੇ ਹਮ ਸੰਤਨ ਸੰਤਨ ਸਿਓ ਮੇਰੀ ਲੇਵਾ ਦੇਵੀ ਸੰਤਨ ਸਿਓ ਬਿਹਾਰਾ ਸੰਤਨ ਸਿਓ ਹਮ ਲਾਹਾ ਖਾਟਿਆ ਹਰ ਭਗਤ ਪਰੇ ਭੰਡਾਰਾ ਸੰਤਨ ਸਿਓ ਹਮ ਲਾਹਾ ਸੰਤ ਹਮਾਰੀ ਓਟ ਸਤਾਨੀ ਸੰਤ ਹਮਾਰਾ ਕਹਿਣਾ ਹਮ ਸੰਤਨ ਕੀਰੇਨ ਪਿਆਰੇ ਹਮ ਸੰਤਨ ਕੀ ਸ਼ਰਨਾ ਹਮ ਸੰਤਨ ਕੀ ਸੰਤਨ ਮੋਕੋ ਉਂਜੀ ਸੌਂਪੀ ਤੋ ਉਤਰਿਆ ਮਨ ਕਾ ਧੋਖਾ ਧਰਮ ਰਾਏ ਅਬ ਕਹਾਂ ਕਰੇ ਗੋ ਕਾਟਿਓ ਸਗਲੋ ਲੇਖਾ ਧਰਮ ਸੰਤ ਹਮਾਰੀ ਓਟ ਸਤਾਨੀ ਸੰਤ ਹਮਾਰਾ ਕਹਿਣਾ ਸੰਤ ਹਮਾਰੀ ਓਟ ਸਤਾਨੀ ਸੰਤ ਹਮਾਰਾ ਕਹਿਣਾ ਹਮ ਸੰਤਨ ਕੀ ਸੰਤਨ ਕੀ ਸ਼ਰਨਾ ਹਮ ਸੰਤਨ ਕੀ
ਪਾਇਆ ਸੰਤ ਕੇ ਬਰਸਾਤੇ संत हमारी ओट सतानी संत हमारा गहना संत हमारी ओट सतानी संत हमारा गहना हम संतन की संतन की रेण प्यारे हम संतन की शरणा हम संतन की रेण प्यारे हम संतन Yeah.
ਰਾਜਾ ਜੈਂਬਰ ਮਰ ਗਿਆ, ਰੰਗ ਵਿੱਚ ਪੈ ਗਿਆ ਭੰਗ, ਗੁੱਗੇ ਯਾਰਾ ਪੀਰ ਦਾ ਤੋਰਾ ਮੈਂ ਪ੍ਰਸੰਗ, ਕਿੱਦਾਂ ਸਿਲੀਅਰ ਵਿਆਹਣੀ ਕਿੱਦਾਂ ਚੜ੍ਹਨੀ ਜਾਂਦੇ, ਅਰਜਣ ਸੁਰਜਣ ਕਰਨਗੇ ਨਾਲ ਗੁੱਗੇ ਦੇ ਜੰਗ, ਯਾਰ ਬਲੀ ਦੇ ਲਹਿਰੀਆ ਨਵੇਂ ਬਣਾ ਦੇ ਛੰਦੇ। ਖਿਆਲ ਵੇ ਮਾਤਾ ਦਾ ਕਹਿਣਾ ਮੰਨ ਲੈ, ਕਣਕੇ ਖਿਆਲ ਵੇ ਕੋਤਰ ਸੋ ਜਾਦੂ ਪੈਦਾ ਹੁੰਦਾ ਈ ਲਾਲ ਵੇ, ਕੋਤਰ ਸੋ ਜਾਦੂ ਪੈਦਾ ਹੁੰਦਾ ਈ ਲਾਲ ਵੇ, ਮਨ ਕਹਿਣਾ ਮੇਰਾ ਤੂੰ ਐਵੇਂ ਬਣਨਾ ਅਨਭੋਲ ਨਾ ਜਾਕਾਰੂ ਦੇਸ਼ਾਂ ਨੂੰ ਨਹੀਂ ਬੱਚਿਆ। ਬਾਬਲ ਤੇਰੇ ਦੇ ਬਾਜੋ ਸੁਨਾ ਕਰ ਬਾਰ ਵੇ, ਬਾਬਲ ਤੇਰੇ ਦੇ ਬਾਜੋ ਸੁਨਾ ਕਰ ਬਾਰ ਵੇ, ਕਿਹੜਾ ਦੱਸ ਨਾਲ ਬਰਾਤੇ ਹੋ ਜਾਊ ਤਿਆਰ ਵੇ, ਕਿਹੜਾ ਦੱਸ ਨਾਲ ਬਰਾਤੇ ਹੋ ਜਾਊ ਤਿਆਰ, ਬਾਜੋ ਸਕਿਆ ਭਾਈਆਂ ਤੇ ਕਹਿੰਦੇ ਹੁੰਦਾ ਅਨਜੋੜ ਨਾ ਜਾ ਕਾਰੂ ਦੇਸ਼ਾਂ ਨੂੰ ਨਹੀਂ ਓ ਡੋਲੇ ਦੀ ਲੋੜ ਨਾ ਜਾ ਬੱਚਿਆ। ਜਾਵੇ ਖੋਜ ਨਾਰੀਆਂ ਮਾਰਨ ਜਦ ਜਾਦੂ ਵੇ, ਮਿਟ ਜਾਵੇ ਖੋਜ ਨਾਰੀਆਂ ਮਾਰਨ ਜਦ ਜਾਦੂ ਵੇ, ਪੜ ਪੜ ਕੇ ਮੰਤਰ ਬੰਦੇ ਕਰ ਲੈਣ ਕਾਬੂ ਵੇ,
ਪੜ੍ਹ ਪੜ੍ਹ ਕੇ ਮੰਤਰ ਬੰਦੇ ਕਰ ਲੈਣ ਕਾਬੂ ਕੋ ਪੈ ਗਿਆ ਖੇੜੇ ਖੇੜੇ ਤੂੰ ਮੇਰਾ ਦਿਲ ਨਾ ਤਰੋੜ ਨਾ ਜਾ ਕਾਰੂ ਦੇਸ਼ਾਂ ਨੂੰ ਨਹੀਂ ਓ ਡੋਲੇ ਦੀ ਲੋੜ ਨਾ ਜਾ ਬੱਚਿਆ ਖਰਚਾ ਮੈਂ ਕਰ ਦੂੰ ਲੱਖ ਤੇ ਕਰੋੜ ਨਾ ਜਾ ਕਾਰੂ ਦੇਸ਼ਾਂ ਨੂੰ ਨਹੀਂ ਓ ਡੋਲੇ ਦੀ ਲੋੜ ਨਾ ਜਾ ਬੱਚਿਆ ਛੱਡ ਕੇ ਤੁਰ ਜਾਮੀਨਾ ਗਾਂਗੂ ਦਲਬਾਗ ਕਿਧਰੇ ਮਗਰੋਂ ਪਛਤਾਮੀਨਾ ਗਾਂਗੂ ਦਲਬਾਗ ਕਿਧਰੇ ਮਗਰੋਂ ਪਛਤਾਮੀਨਾ ਘਰ ਮੇਰੇ ਬੂਟਾ ਬੂਟਾ ਤੂੰ ਲੱਗਾ ਬਾਂਗਦਾ ਹੈ ਬੋੜ ਨਾ ਜਾ ਕਾਰੂ ਦੇਸ਼ਾਂ ਨੂੰ ਨਹੀਂ ਆ ਡੋਲੇ ਦੀ ਲੋੜ ਨਾ ਜਾ ਕਾਰੂ ਦੇਸ਼ਾਂ ਨੂੰ ਨਹੀਂ ਆ ਡੋਲੇ ਦੀ ਲੋੜ ਨਾ ਜਾ ਕਾਰੂ ਦੇਸ਼ਾਂ ਨੂੰ ਨਹੀਂ ਓ ਡੋਲੇ ਦੀ ਲੋੜ ਨਾ ਜਾ ਬੱਚਿਆ ਸਾਧ ਸੰਗ ਜੀਓ ਮਾਂ ਨੇ ਆਖਿਆ ਪੁੱਤਰ ਕਾਰੂ ਦੇਸ਼ ਦੇ ਵਿੱਚ ਰੋਜ਼ ਨਵਾਂ ਯਾਦੂ ਪੈਦਾ ਹੁੰਦਾ ਹੈ ਛਿੰਜੀ ਰਾਜੇ ਨੇ ਆਪਾਂ ਨੂੰ ਜਵਾਬ ਘਲਾ ਦਿੱਤਾ ਤੂੰ ਪੁੱਤਰ ਨਹੀਂ ਜਾਣਾ ਪਰ ਇੱਕ ਚੀਜ਼ ਹੈ ਜੇ ਤੂੰ ਜਾਣਾ ਹੈ ਜ਼ਰੂਰ ਤੇ ਪਹਿਲੇ ਗੁਰੂ ਗੋਰਖ ਦੇ ਕੋਲ ਜਾਣਾ ਪੁੱਤਰ ਨੇ ਆਖਿਆ ਮਾਂ ਤੇਰਾ ਬਚਨ ਠੀਕ ਆ ਪਰ ਮੈਨੂੰ ਮੰਗ ਛੱਡਣੀ ਬਿਲਕੁਲ ਮੁਨਾਸਿਬ ਨਹੀਂ ਮੈਂ ਸਮਝਦਾ ਮਰਦਾਂ ਨੂੰ ਮਿਹਣਾ ਹੈ ਜੇ ਨਾ ਮੰਨਣ ਸੈਂਤ ਦੱਸੋ ਕਾਹਦਾ ਰਾਕੀ ਹੋ ਮੈਂ ਖਾਨੇ ਤੋਂ ਖਾਲੀ ਮੋੜੇ ਕਾਹਦਾ ਸਾਕੀ ਹੋ ਭਰ ਕੇ ਜਾਮ ਪਿਲਾ ਦੇ ਪੂਰੇ ਕਰਦੇ ਫਰਜ਼ਾਂ ਨੂੰ ਰਣ ਭੂਮੀ ਛੱਡ ਭੱਜਣਾ ਹੁੰਦਾ ਮਿਹਣਾ ਮਰਦਾਂ ਨੂੰ ਮਾਤਾ ਮਰਦਾਂ ਨੂੰ ਮੰਗਾਂ ਛੱਡਣੀਆਂ ਮਿਹਣਾ ਹੈ ਗੁੱਗਾ ਯਾਰ ਪੇਰ ਆਪਣੀ ਮਾਂ ਦੇ ਨਾਲ ਇਹ ਇੰਜ ਬਿਆਨ ਕਰ ਰਿਹਾ ਮਰਦ ਸੋ ਜੋ ਬਚਨ ਦਾ ਹੋਵੇ ਪੂਰਾ ਮਰਦਾਂ ਬਾਜਨਾ ਪੈਂਦੀਆਂ ਪੂਰੀਆਂ ਨੇ ਭੀੜ ਪਈ ਨੂੰ ਮਰਦ ਨਵੇੜਦੇ ਨੇ ਇਹ ਗੱਲਾਂ ਮਰਦਾਂ ਤੋਂ ਬਾਜ ਅਧੂਰੀਆਂ ਨੇ ਮਰਦਾਂ ਬਾਜ ਨਾ ਮਜਲਸਾਂ ਸੋਂਦੀਆਂ ਨੇ
ਦਰਦ ਕੱਟਦੇ ਸਭ ਮਜਬੂਰੀਆਂ ਨੇ, ਮਰਦਾ ਬਾਜ ਦਿਲਬਾਗ ਨਾ ਪਵੇ ਪੂਰੀ, ਮਰਦ ਚੱਲਦੇ ਸਭ ਨਸਬੂਰੀਆਂ ਨੇ। ਦੱਸਦੀਆਂ ਤੈਨੂੰ ਮਾਤਾ ਮੈਂ ਖੋਲ ਕੇ, ਸੱਚੀ ਗੱਲ ਦੱਸਦੀਆਂ ਤੈਨੂੰ ਮਾਤਾ ਮੈਂ ਖੋਲ ਕੇ, ਰਾਜਾ ਛਿੰਜੀ ਹੈ ਪਵੇ ਲਾਲੇ ਖਾਤਾਨ ਮਾਂ, ਮਰਦਾ ਨੂੰ ਮੇਣਾ ਮੁੰਗਾ ਛੱਡੀਆਂ ਨਾ ਜਾਣ ਮਾਂ, ਮਰਦਾ ਨੂੰ ਮੇਣਾ ਮੁੰਗਾ ਛੱਡੀਆਂ ਨਾ ਜਾਣ ਮਾਂ, ਮਰਦਾ ਨੂੰ ਮੇਣਾ ਮੁੰਗਾ। ਬਦਲੇ ਮਰ ਜਾ ਮੈਨੂੰ ਪਰਵਾਹ ਨਹੀਂ, ਕਾਨੂੰ ਤੂੰ ਛੋਟੀ ਉਮਰੇ ਲੱਗੀ ਸਤਾਨ ਮਾਂ, ਮਰਦਾ ਨੂੰ ਮੇਣਾ ਮੁੰਗਾ ਛੱਡੀਆਂ ਨਾ ਜਾਣ ਮਾਂ, ਮਰਦਾ ਨੂੰ ਮੇਣਾ ਮੁੰਗਾ ਛੱਡੀਆਂ ਨਾ ਜਾਣ ਮਾਂ, ਮਰਦਾ ਨੂੰ ਮੇਣਾ ਮੁੰਗਾ। ਹੱਸ ਕੇ ਤੋਰ ਪੁੱਤਰ ਨੂੰ ਬੰਨਦੇ ਖਾਂ ਕੰਗਣਾ ਤੂੰ, ਜੇ ਸੀ ਪਛਤਾਉਣਾ ਕਰਨ ਕਰਨਾ ਸੀ ਮੰਗਣਾ ਤੂੰ, ਜੇ ਸੀ ਪਛਤਾਉਣਾ ਕਰਨ ਕਰਨਾ ਸੀ ਮੰਗਣਾ ਤੂੰ, ਵੱਡ ਵੱਡ ਕੇ ਫਿਕਰ ਬਥੇਰੇ ਜਿੰਦੜੀ ਨੂੰ ਖਾਣ ਮਾਂ, ਮਰਦਾ ਨੂੰ ਮੇਣਾ ਮੁੰਗਾ ਛੱਡੀਆਂ ਨਾ ਜਾਣ ਮਾਂ, ਮਰਦਾ ਨੂੰ ਮੇਣਾ ਮੁੰਗਾ ਛੱਡੀਆਂ ਨਾ ਜਾਣ ਮਾਂ, ਮਰਦਾ ਨੂੰ ਮੇਣਾ ਮੁੰਗਾ। ਸਿਲੀਅਰ ਦਾ ਡੋਲਾ ਮਾਤਾ ਮੰਦਿਰਾਂ ਵਿੱਚ ਲਿਆਊਂਗਾ, ਸਿਲੀਅਰ ਦਾ ਡੋਲਾ ਮਾਤਾ ਮੰਦਿਰਾਂ ਵਿੱਚ ਲਿਆਊਂਗਾ, ਨਹੀਂ ਤਾਂ ਦਲਬਾਗ ਦੇ ਵਾਂਗ ਪਿੱਛੋਂ ਪਛਤਾਊਂਗਾ, ਨਹੀਂ ਤਾਂ ਦਲਬਾਗ ਦੇ ਵਾਂਗ ਪਿੱਛੋਂ ਪਛਤਾਊਂਗਾ, ਕਹਿਣਾ ਮੈਂ ਮਰਦ ਪਿਤਾ ਦਾ ਲੱਗਿਆ ਪਗਾਂ
ਸਾਧ ਸੰਗਤ ਜੀ ਜਿਸ ਵਕਤ ਗੁੱਗੇ ਯਾਰ ਪੀਰ ਨੇ ਇਹ ਗੱਲ ਆਪਦੀ ਮਾਂ ਨੂੰ ਆਖੇ, ਮਾਤਾ ਮਰਦਾਂ ਨੂੰ ਮਿਹਣਾ ਹੁੰਦਾ ਪਿੱਛੇ ਹਟਣਾ, ਮਾਂ ਨੇ ਆਖਿਆ ਚੰਗਾ ਪੁੱਤਰ ਮੈਂ ਤੈਨੂੰ ਇੱਕ ਰਾਏ ਦਿੰਦੀ ਆ, ਤੂੰ ਆਪਣੇ ਸਤਿਗੁਰੂ ਗੁਰੂ ਗੋਰਖ ਦੇ ਕੋਲ ਚਲਾ ਜਾ, ਉੱਥੋਂ ਆਸ਼ੀਰਵਾਦ ਲੈ। ਗੁੱਗਾ ਯਾਰਾ ਪੀਰ ਮਾਂ ਦੇ ਕੋਲੋਂ ਆਸ਼ੀਰਵਾਦ ਲੈਂਦਾ ਹੋਇਆ ਗੁਰੂ ਗੋਰਖ ਦੇ ਡੇਰੇ ਪਹੁੰਚ ਗਿਆ। ਜਾ ਕੇ ਅਰਜ਼ ਕੀਤੇ, ਤੇਰੇ ਦਰ ਤੇ ਆਣ ਕੇ ਢਵੇ ਜਿਹੜਾ, ਉਹਦਾ ਵਿਗੜਿਆ ਕੰਮ ਸਵਾਰਨਾ ਏ, ਕਰੇ ਰੱਖਿਆ ਆਪਣੇ ਭਗਤ ਦੀ ਤੂੰ, ਉਹਦੇ ਦੁਸ਼ਮਣਾਂ ਨੂੰ ਚੁਣ ਚੁਣ ਮਾਰਨਾ ਏ, ਗਰਕ ਕਰੇ ਤੂੰ ਜ਼ੁਲਮ ਦੇ ਬੇੜਿਆਂ ਨੂੰ, ਬੇੜਾ ਧਰਮ ਦਾ ਆਖਰੇ ਤਾਰਨਾ ਏ, ਤੇਰਾ ਮਾਲ ਹੈ ਜੱਗ ਸੰਤੋਖ ਸਿੰਘਾ ਪਾਲੀ ਬਣ ਤੂੰ ਇਸ ਨੂੰ ਚਾਰਨਾ ਏ। ਦਾਤਾ ਜੇ ਤੂੰ ਨਿਓਟਿਆਂ ਦੀ ਓਠ ਹੈ, ਤੂੰ ਨਮਾਣਿਆਂ ਦਾ ਮਾਣ ਹੈ, ਨਿਤਾਣਿਆਂ ਦਾ ਤਾਣ ਹੈ। ਗੁੱਗਾ ਯਾਰ ਪੀਰ ਗੁਰੂ ਗੋਰਖ ਦੇ ਚਰਨਾਂ ਦੇ ਵਿੱਚ ਖਲੋ ਕੇ ਇਹ ਇੰਜ ਬੇਨਤੀ ਕਰ ਰਿਹਾ, ਨਹੀਂ ਤੇ ਮਰ ਜੂ ਤੇਰੇ ਸਿਰੀ ਚੜੀ ਕੇ। ਮੰਗ ਤੂੰ ਵਿਆਹ ਦੇ ਦਾਤਿਆ, ਵਿਆਹ ਦੇ ਦਾਤਿਆ, ਨਹੀਂ ਤੇ ਮਰ ਜੂ ਤੇਰੇ ਸਿਰੀ ਚੜੀ ਕੇ। ਹੌਸਲਾ ਤੂੰ ਧਾਰ ਬੱਚਿਆ, ਮਾੜੇ ਮੁੱਖ ਚੋ ਬਚਣੀ ਕਿਉਂ ਬੋਲੇ। ਹੌਸਲਾ ਤੂੰ ਧਾਰ ਬੱਚਿਆ, ਧਾਰ ਬੱਚਿਆ ਵੇ ਮਾੜੇ ਮੁੱਖ ਚੋ ਬਚਣੀ ਕਿਉਂ ਬੋਲੇ। ਜੇ ਤੇਰੀ ਮੰਗ ਛੁੱਟ ਗਈ, ਸਾਨੂੰ ਨਾਥ ਨੇ ਕਿਸੇ ਨੇ
ਦੇਣਾ ਜੇ ਤੇਰੀ ਮੰਗ ਛੁੱਟ ਗਈ ਮੰਗ ਛੁੱਟ ਗਈ ਵੇ ਸਾਨੂੰ ਨਾਥ ਨੇ ਕਿਸੇ ਨੇ ਕਹਿਣਾ ਪੀਰ ਨੇ ਆਪਣੇ ਸਤਿਗੁਰੂ ਸ਼੍ਰੀ ਗੁਰੂ ਗੋਰਖ ਨਾਥ ਜੀ ਦੇ ਚਰਨਾਂ ਦੇ ਵਿੱਚ ਇਹ ਬੇਨਤੀ ਕੀਤੀ, ਉਸੇ ਵਕਤ ਗੁਰੂ ਗੋਰਖ ਨੇ ਨਾਰ ਸਿੰਘ ਵੇਰ ਕਾਨੀ ਪਤ ਚੇਲਾ ਇਹ ਸੱਦ ਲੈ, ਆਖਿਆ ਬੱਚਿਓ ਤੁਹਾਡੀ ਕੀ ਰਹਿ ਹੈ। ਇਹਨਾਂ ਦੋਨਾਂ ਨੇ ਆਖਿਆ ਹੋਵੇ ਨਾ ਆਪਾਂ ਤੱਖੀ ਨਾਗ ਨੂੰ ਤਿਆਰ ਕਰੀਏ, ਕਿਉਂਕਿ ਕਾਰੂ ਦੇਸ਼ ਦੇ ਵਿੱਚ ਕੋਤਰ ਸੌ ਜਾਦੂ ਰੋਜ਼ ਪੈਦਾ ਹੁੰਦਾ, ਤੱਖੀ ਨਾਗ ਕਿਸੇ ਦੀ ਕੁਲ ਚ ਨਹੀਂ ਆਵੇਗਾ। ਗੁਰੂ ਗੋਰਖ
ਸੱਜ ਕੇ ਤੱਖੀ ਨਾਗ ਨੂੰ ਤਿਆਰੀਆਂ ਕਰਦੇ ਨੇ ਵੀ ਗੁੱਗਾ ਯਾਰਾ ਪੀਰ ਦੀ ਮੰਗ ਸਰ ਕਰਕੇ ਆਉਣੀ ਆ, ਭਲਾ ਵੀ ਦੱਸੀ ਰਾਣਾ ਜੀ ਕਿਹੜੇ ਬਿਆਨ ਕਰਦੇ ਆ। ਤੱਖੀ ਨਾਗ ਬੁਲਾ ਲਿਆ ਦੇਵੇ ਨਾਥ ਸਲਾ, ਉਹ ਜ਼ਿਆਦਾ ਨੀ ਕੰਮ ਰੁਕਣਦਾ, ਪੈ ਕਾਰੂ ਦੇ ਰਾਹ ਰਾਜਾ ਸਿੰਜੀ ਹੋ ਗਿਆ ਮੁੰਨ ਕਰੀ ਆਪਣੇ ਨਾਲ, ਰਾਣੀ ਸਲੀਅਰ ਵਿਆਹਣੀ ਐਸੀ ਖੇਲੋ ਚਾਲ, ਐਸੀ ਖੇਲੋ ਚਾਲ ਤੁਸੀਂ ਕੋਈ ਦੇਰ ਨਹੀਂ ਲਾਉਣੀ, ਬਲ ਬਾਜੂ ਦੇ ਨਾਲ ਹੈ ਸਲੀਅਰ ਨਾਰ ਵਿਆਉਣੀ। ਨਾਗ ਦੇਵਤਾ ਗੁੱਗੇ ਦੇ ਜਗਾ ਦੇ ਸੁੱਤੇ ਭਾਗ ਦੇਵਤਾ, ਹੋ ਗਿਆ ਤਿਆਰ ਤੱਖੀ ਨਾਗ ਦੇਵਤਾ ਗੁੱਗੇ ਦੇ ਜਗਾ ਦੇ ਸੁੱਤੇ ਭਾਗ ਦੇਵਤਾ, ਖਾਲੀ ਐ ਕਸਮ ਮੁੜ ਕੇ ਨੀ ਆਊਂਗਾ ਯਾਰ ਪੀਰ ਕਾਰੂ ਦੇ ਚ ਵੀ ਆਊਂਗਾ, ਯਾਰ ਪੀਰ ਕਾਰੂ ਦੇ ਚ ਵੀ ਆਊਂਗਾ, ਯਾਰ ਪੀਰ ਕਾਰੂ ਦੇ ਚ ਵੀ ਆਊਂਗਾ। ਦਿੰਦਾ ਹੈ ਦਲੇਰੀਆਂ ਸਭੇ ਆਸਾ ਕਰੂ ਪੂਰੀਆਂ ਮੈਂ ਤੇਰੀਆਂ, ਯਾਰ ਬਲੀ ਤਾਈ ਦਿੰਦਾ ਹੈ ਦਲੇਰੀਆਂ ਸਭੇ ਆਸਾ ਕਰੂ ਪੂਰੀਆਂ ਮੈਂ ਤੇਰੀਆਂ, ਉਹ ਰਾਜੇ ਚਿੰਜੀ ਤਾਈ ਸਭ ਕੁਛ ਸਿਖਾਊਂਗਾ ਯਾਰ ਪੀਰ ਕਾਰੂ ਦੇਸ਼ ਚ ਵੀ ਆਊਂਗਾ, ਯਾਰ ਪੀਰ ਕਾਰੂ ਦੇਸ਼ ਚ ਵੀ ਆਊਂਗਾ, ਯਾਰ ਪੀਰ ਕਾਰੂ ਦੇਸ਼ ਚ ਵੀ ਆਊਂਗਾ। ਸਾਨੂੰ ਹੱਟਣਾ ਯਾਰ ਬਲੀ ਬਲੋ ਨਹੀਂ ਉਹ ਪਾਸਾ ਵੱਟਣਾ, ਸੂਰਮੇ ਦਾ ਕੰਮ ਨਹੀਂ ਪਿਛਾ ਨੂੰ ਹੱਟਣਾ ਯਾਰ ਬਲੀ ਬਲੋ ਨਹੀਂ ਉਹ ਪਾਸਾ ਵੱਟਣਾ, ਸੌਣ ਦੇ ਬਦਲ ਬਾਂਡੀਰਾ ਮਛਾਊਂਗਾ ਯਾਰ ਪੀਰ ਕਾਰੂ ਦੇਸ਼ ਚ ਵਿਆਊਂਗਾ, ਯਾਰ ਪੀਰ ਕਾਰੂ ਦੇਸ਼ ਚ ਵਿਆਊਂਗਾ, ਯਾਰ ਪੀਰ ਕਾਰੂ ਦੇਸ਼ ਚ ਵਿਆਊਂਗਾ। ਬਚਾਉਣ ਪੱਤਣਾ ਮੇਰਾ ਵਿਦਵਾਨਾਂ ਨੂੰ ਜਦੇਣ ਮਤਣਾ, ਮਰਦਾਂ ਨੂੰ ਮਿਹਣਾ ਜੇ ਬਚਾਉਣ ਪੱਤਣਾ ਮੇਰਾ ਵਿਦਵਾਨਾਂ ਨੂੰ ਜਦੇਣ ਮਤਣਾ, ਮੈਂ ਜੋ ਹੰਕਾਰ ਦੇ ਪੱਲਾਂ ਚਟਾਊਂਗਾ ਯਾਰ ਪੀਰ ਕਾਰੂ ਦੇ ਚ ਵੀ ਆਊਂਗਾ, ਯਾਰ ਪੀਰ ਕਾਰੂ ਦੇ ਚ ਵੀ ਆਊਂਗਾ, ਯਾਰ ਪੀਰ ਕਾਰੂ ਦੇ ਚ ਵੀ ਆਊਂਗਾ। ਮੇਰੇ ਸਾਥ ਸਾਥ ਜੀ ਪਿੱਛੇ ਦਾ ਖਿਆਲ ਰੱਖਣਾ ਹੈ ਨਾਥ ਜੀ, ਅੱਛਾ ਰੱਬ ਰੱਖ ਮੇਰੇ ਸਾਥ ਸਾਥ ਜੀ ਪਿੱਛੇ ਦਾ ਖਿਆਲ ਰੱਖਣਾ ਹੈ ਨਾਥ ਜੀ, ਅੱਗੇ ਦਿਲ ਵਾਗ ਵਿੱਚ ਸਮਝਾਊਗਾ ਯਾਰ ਪੀਰ ਕਾਰੂ ਦੇ ਚ ਵਿਆਊਂਗਾ, ਯਾਰ ਪੀਰ ਕਾਰੂ ਦੇ ਚ ਵਿਆਊਂਗਾ, ਯਾਰ ਪੀਰ ਕਾਰੂ ਦੇ ਚ ਵਿਆਊਂਗਾ। ਗੁਰੂ ਰੂਪ ਸਾਧ
ਸਿੰਘ ਜੀਓ, ਬਾਬਾ ਤੱਖੀ ਨਾਲ ਸ਼੍ਰੀ ਗੁਰੂ ਗੋਰਖ ਤੋਂ ਆਗਿਆ ਲੈਂਦਾ ਹੋਇਆ ਮੰਜ਼ਲਾਂ ਤੈਅ ਕਰਦਾ ਕਰਦਾ ਕਾਰੂ ਦੇਸ਼ ਦੇ ਵਿੱਚ ਸ੍ਰੀ ਅਰਦੇ ਬਾਗ ਦੇ ਵਿੱਚ ਪਹੁੰਚ ਜਾਂਦਾ। ਇੱਕ ਟੁਰਦੇ ਮੰਜ਼ਲੀ ਜਾ ਪਹੁੰਚੇ, ਇੱਕ ਘੋੜਿਆਂ ਦੇ ਉੱਤੇ ਚੜ੍ਹੇ ਰਹਿ ਗਏ। ਇੱਕ ਨਾ ਅਨਪੜ੍ਹਾਂ ਨੂੰ ਰੱਬ ਰਿਜਕ ਦਿੰਦਾ, ਭੈੜੇ ਮਾਣ ਵਾਲੇ ਯਾਰੋ ਪੜ੍ਹੇ ਰਹਿ ਗਏ। ਇੱਕ ਨਾ ਖਾਖ ਵਿੱਚੋਂ ਲਾਲ ਲੱਭ ਲੀਤੇ, ਇੱਕ ਖੇ ਉਡਾਮ ਦੇ ਖੜੇ ਰਹਿ ਗਏ। ਕਰਮਹੀਨ ਨੇ ਬੂਟਿਆ ਉਹਨਾਂ ਵਾਲੇ, ਵਗਦਿਆਂ ਸਰਾਂ ਚੋਂ ਸੱਖਣੇ ਘੜੇ ਰਹਿ ਗਏ। ਬਾਬਾ ਤੱਖੀ ਨਾਗ ਸ੍ਰੀ ਹੱਥੇ ਬਾਗ ਦੇ ਵਿੱਚ ਪਹੁੰਚ ਜਾਂਦਾ। ਉਧਰੋਂ ਮਾਤਾ ਸਿਲੀਆਰ ਆਪਣੀਆਂ 60 ਸਹੇਲੀਆਂ ਨੂੰ ਤਿਆਰ ਕਰਕੇ ਕਹਿੰਦੀ, ਚਲੋ ਕੁੜੀਓ ਅੱਜ ਬਾਗ ਦੀ ਸੈਰ ਕਰਕੇ ਆਈਏ। ਮਾਤਾ ਸਿਲੀਆਰ ਲੈ ਕੇ 60 ਕੁੜੀਆਂ ਨੂੰ ਬਾਗ ਵੱਲ ਨੂੰ ਆਉਂਦੀ। ਦੱਸੀਗਾ ਰਾਣਾ ਜੀ, ਇਹ ਕਿਵੇਂ ਆ ਰਹੀ ਹੈ? ਕਾਰੂ ਦੇਸ਼ ਵਿੱਚ ਪਹੁੰਚਿਆ ਤੱਖੀ ਨਾਗ ਨਸੰਗ, ਕਿਵੇਂ ਮਿਲਾ ਮੈਂ ਉਸ ਨੂੰ ਜੋ ਗੁੱਗੇ ਦੀ ਮੰਗ, ਗੁੱਗੇ ਦਾ ਦਲਵਾਗ ਤੂੰ ਤੋਰ ਅੱਗੇ ਪ੍ਰਸੰਗ, ਕਿਵੇਂ ਸਿਲੀਅਰ ਨਾਲ ਵਰਤਦਾ ਦੇ ਖੁਦਾ ਦੇ ਰੰਗ। ਸਾਉਣ ਮਹੀਨੇ ਸਿਲੀਅਰ ਦਾ ਦਿਨ ਸਖੀਆਂ ਕਰਦੀਆਂ ਰਾਜੀ, ਉਹ ਸੋਚੇ ਤਕਦੀਰ ਮੇਰੀ ਨੇ ਉਲਟੀ ਕਰਤੀ ਬਾਜੀ, ਬਾਪ ਮੇਰੇ ਨੇ ਜ਼ੁਲਮ ਕਮਾਇਆ ਐਸਾ ਪਾਗਲ ਹੋਇਆ, ਜਿਸ ਮਾਲਾ ਦਾ ਮਣਕਾ ਹੋਵੇ ਉੱਥੇ ਆਪੇ ਹੀ ਜਾਏ ਪਰੋਇਆ। ਸੰਗਤੇ ਸਿਲੀਅਰ ਨੇ ਤਿਆਰੀ ਕਰ ਲਈ ਬਾਗ ਦੀ, ਸੰਗਤੇ ਸਿਲੀਅਰ ਨੇ ਤਿਆਰੀ ਕਰ ਲਈ ਬਾਗ ਦੀ, 60 ਸਹੇਲੀਆਂ ਸਦਕੇ, 60 ਸਹੇਲੀਆਂ ਸਦਕੇ ਸਿਲੀਅਰ ਮਤਾ ਮਤਾਇਆ ਵਾ। ਹੋ ਜਾਂਦੀ ਵਾਰ ਸਖੀਓ ਬਾਗ ਬਾਲ ਦਾ ਦੇਖਣਾ, ਜਾਂਦੀ ਵਾਰ ਸਖੀਓ, ਜਾਂਦੀ ਬਾਹਰ ਸਖੀਓ ਬਾਗ ਬਾਬਲ ਦਾ ਦੇਖ ਲਵਾ। ਕੱਲ ਤੋਂ ਹੋ ਜਾਣਾ ਹੈ, ਇਹ ਕੱਲ ਤੋਂ ਹੋ ਜਾਣਾ ਹੈ ਮੇਰਾ ਮੁਲਕ ਪਰਾਇਆ ਵਾ। ਕੁੜੀਆਂ ਚਿੜੀਆਂ ਵਾਂਗੂ, ਕੁੜੀਆਂ ਚਿੜੀਆਂ ਵਾਂਗੂ ਘਰ ਬਾਬਲ ਦੇ ਰਹਿਣ ਗਿਆ, ਕੁੜੀਆਂ ਚਿੜੀਆਂ ਵਾਂਗੂ ਘਰ ਬਾਬਲ ਦੇ ਰਹਿਣ ਗਿਆ। ਮਿਲਣਾ ਭਾਗਾਂ ਦੇ ਵਿੱਚ, ਇਹ ਮਿਲਣਾ ਭਾਗਾਂ ਦੇ ਵਿੱਚ ਜੋ ਵੀ ਲੇਖ ਲਿਖਾਇਆ ਵਾ। ਰਲ ਮਿਲ ਕੁੜੀਆਂ ਸੱਬੇ ਕਰਨ ਮਖੌਲਾ ਸਿਲੀਅਰ ਨਾ, ਰਲ ਮਿਲ ਕੁੜੀਆਂ ਸੱਬੇ, ਆ ਰਲ ਮਿਲ ਕੁੜੀਆਂ ਸੱਬੇ ਕਰਨ ਮਖੌਲਾ ਸਿਲੀਅਰ ਨੂੰ। ਆਪੋ ਆਪਣਾ ਗਹਿਣਾ, ਇਹ ਆਪੋ ਆਪਣਾ ਗਹਿਣਾ ਗੱਟਾ ਖੂਬ ਸਜਾਇਆ ਵਾ। ਕਰਦੀਆਂ ਮਾਰੋ ਮਾਰੀ, ਇਹ ਕਰਦੀਆਂ ਮਾਰੋ ਮਾਰੀ ਜੈਸੇ ਚੜਤਲ ਫੌਜਾਂ ਦੀ, ਕਰਦੀਆਂ ਮਾਰੋ ਮਾਰੀ ਜੈਸੇ ਚੜਤਲ ਫੌਜਾਂ ਦੀ, ਜੈਸੇ ਕਟਕ ਲਾਹੌਰਾਂ ਆ ਜੈਸੇ ਕਟਕ ਲਾਹੌਰਾਂ ਕਾਬਲ ਉੱਤੇ ਧਾਇਆ। ਮਾਰੋ ਮਾਰੀ ਕਰਦੀਆਂ ਆਵੜੀਆਂ ਵਿੱਚ ਬਾਗ ਦੇ,
ਮਾਰੋ ਮਾਰੀ ਕਰਦੀਆਂ, ਇਹ ਮਾਰੋ ਮਾਰੀ ਕਰਦੀਆਂ, ਆਵੜੀਆਂ ਵਿੱਚ ਬਾਗ ਦੇ ਅੱਗੇ ਦੱਸ ਦਿਲ ਵਾਂਗ ਤੂੰ, ਇਹ ਅੱਗੇ ਦੱਸ ਦਿਲ ਵਾਂਗ ਕਿ ਕੁਦਰਤ ਖੇਲ ਰਚਾਇਆ, ਇਹ ਅੱਗੇ ਦੱਸ ਦਿਲ ਵਾਂਗ ਕਿ ਕੁਦਰਤ ਖੇਲ ਰਚਾਇਆ। ਸਾਧ ਸੰਗ ਜੀ, ਮਾਤਾ ਸਿਲੀਅਰ ਨੇ ਆਖਿਆ ਆਪਣੀਆਂ ਸਹੇਲੀਆਂ ਨੂੰ, ਸਾਹਮਣ ਜ਼ੋਰ ਕੀਤਾ ਦਰਿਆਵਾਂ ਰਾਹ ਨਹੀਂ ਵਗਣੇ ਰਲ ਕੇ, ਜਿਹੜੇ ਪਾਣੀ ਮੈਂ ਅੱਜ ਲੰਘ ਜਾਣਾ ਮੁੜ ਨਹੀਂ ਲੰਘਣਾ, ਭਲਕੇ ਬੇੜੀ ਪੂਰ ਤ੍ਰਿੰਜਣੀ ਕੁੜੀਆਂ ਫੇਰ ਨਹੀਂ ਬਹਿਣੀਆਂ ਰਲ ਕੇ, ਭੈਣੋ ਕੁੜੀਆਂ ਚਿੜੀਆਂ ਨੂੰਹਾਂ ਧੀਆਂ, ਕੁੜੀਆਂ ਨੇ ਚੋਗਾ ਚੁੱਕ ਕੇ ਚਿੜੀਆਂ ਵਾਂਗੂ ਉੱਡ ਜਾਣਾ, ਨੂੰਹਾਂ ਨੇ ਚੌਂਕਾ ਸਾਂਭਣਾ ਹੈ, ਚੱਲੋ ਆਪਾਂ ਜਾਂਦੀ ਵਾਰ ਦਾ ਬਾਗ ਦਾ ਸੈਰ ਕਰ ਲਈਏ, ਕਿਉਂਕਿ ਮੇਰੇ ਬਾਪ ਨੇ ਮੇਰੀ ਮੰਗਣੀ ਹੋਰ ਪਾਸੇ ਕਰ ਦਿੱਤੀ ਹੈ। ਲਓ ਆਪਣੀਆਂ ਸਹੇਲੀਆਂ ਨੂੰ ਲੈ ਕੇ ਮਾਤਾ ਸਿਲੀਅਰ ਬਾਗ ਦੇ ਵਿੱਚ ਪਹੁੰਚ ਜਾਂਦੀ ਆ। ਇੱਧਰ ਬਾਬਾ ਤੱਖੀ ਨਾਗ ਪਦਮਰਾਤ ਨਾਗ ਦਾ ਰੂਪ ਬਣ ਕੇ ਬੋਰਡ ਦੇ ਉੱਪਰ ਚੜ ਜਾਂਦਾ ਹੈ। ਤੋ ਮਾਤਾ ਸਿਲੀਅਰ ਸਹੇਲੀਆਂ ਦੇ ਨਾਲ ਪੀਂਘ ਝੂਟ ਰਹੀ, ਦੱਸੀ ਰਾਣਾ ਜੀ ਇਹ ਕਿਵੇਂ ਝੂਟ ਰਹੀ ਹੈ? ਇਕੱਠੀਆਂ ਹੋ ਕੇ ਕੁੜੀਆਂ ਆਵਣ ਇੱਕ ਦੂਜੀ ਨੂੰ, ਇੱਕ ਦੂਜੀ ਨੂੰ ਸੱਦ ਕੇ ਲਿਆਵਣ, ਹੱਸਣ ਖੇਡਣ, ਇਹ ਹੱਸਣ ਖੇਡਣ ਦਿਲ ਪਰਚਾਵਣ, ਤੁਰਦੀਆਂ ਬੰਨ ਕਤਾਰਾਂ ਪੀਂਘਾਂ ਝੂਟਦੀਆਂ, ਝੂਟਦੀਆਂ ਕਾਰੂ ਦੇਸ਼ ਦੀਆਂ ਨਾਰਾਂ ਪੀਂਘਾਂ ਝੂਟਦੀਆਂ, ਝੂਟਦੀਆਂ ਸਿਲੀਅਰ ਨਾਲ ਮੱਟਿਆਰਾਂ ਪੀਂਘਾਂ ਝੂਟ। ਚੁੱਪੀ ਪੀਂਘਾਂ ਪਾਈਆਂ ਬੱਦਲਾਂ ਨੇ ਉੱਥੇ, ਬੱਦਲਾਂ ਨੇ ਉੱਥੇ ਕਣ ਭੋਰਾ ਹਲਾਈਆਂ, ਕੁੜੀਆਂ ਨੇ ਪੀਂਘਾਂ, ਇਹ ਕੁੜੀਆਂ ਨੇ ਪੀਂਘਾਂ ਖੂਬ ਜੜਾਈਆਂ, ਸ਼ਾਮ ਘਟਾਂ ਚੜ੍ਹ, ਇਹ ਸ਼ਾਮ ਘਟਾਂ ਚੜ੍ਹ ਚੜ੍ਹ ਕੇ ਆਈਆਂ, ਮੀਂਹ ਦੀਆਂ ਪੈਰ ਬੁਹਾਰਾਂ ਪੀਂਘਾਂ ਝੂਟਦੀਆਂ, ਝੂਟਦੀਆਂ ਕਾਰੂ ਦੇਸ਼ ਦੀਆਂ ਨਾਰਾਂ ਪੀਂਘਾਂ ਝੂਟਦੀਆਂ, ਸਿਲੀਅਰ ਨਾਲ ਮੱਟਿਆਰਾਂ ਪੀਂਘਾਂ ਝੂਟਦੀਆਂ। ਸਿਲੀਅਰ ਪੀਂਘ ਡਲਵੇ ਹਲਾਰਾ ਤੱਖੀ ਨਾਗ, ਏ ਤੱਖੀ ਨਾਗ ਚਲਾਵੇ ਚਾਰਾ, ਜੋ ਕਰਨਾ ਸੀ ਜੋ ਕਰਨਾ ਸੀ ਕਰਤਾ ਕਾਰਾ, ਆਈਆਂ ਮੌਤ ਦੀਆਂ ਤਾਰਾਂ ਪੀਂਘਾਂ ਝੂਟਦੀਆਂ, ਕਾਰੂ ਦੇਸ਼ ਦੀਆਂ ਨਾਰਾਂ ਪੀਂਘਾਂ ਝੂਟਦੀਆਂ, ਝੂਟਦੀਆਂ ਸਿਲੀਅਰ ਨਾਲ ਮੱਟਿਆਰਾਂ ਪੀਂਘਾਂ ਝੂਟਦੀਆਂ। ਲਿਖਦੇ ਤੂੰ ਤਲਵਾ ਕਹਾਣੀ ਲਹਿਰੀ ਤੂੰ ਗੱਲ ਦਾ, ਲਹਿਰੀ ਤੂੰ ਗੱਲ ਦਾ ਝੂਠੀ ਨਾ ਜਾ,
ਕਾਰੂ ਦੇਸ਼ ਦੀਆਂ ਨਾਰਾਂ ਪੀਂਗਾ ਝੂਟੀ ਦੀਆਂ ਮੁਸਲੀਅਰ ਨਾਲ ਮਟਿਆਰਾਂ ਪੀਂਗਾ ਝੂਟੀ ਦੀਆਂ ਕਾਰੂ ਦੇਸ਼ ਦੀਆਂ ਨਾਰਾਂ ਪੀਂਗਾ ਝੂਟੀ ਦੀਆਂ ਸਾਧ ਸੰਗਤ ਜੀਓ ਜਿਸ ਵਕਤ ਮਾਤਾ ਸਿਲੀਆ ਨੇ ਪੀਂਗ ਦਾ ਝੂਟਾ ਲਿਆ ਇੱਧਰ ਬਾਬਾ ਤੱਖੀ ਨਾਗ ਪਦਮਨਾਗ ਦਾ ਰੂਪ ਬਣ ਕੇ ਬੋਰ ਦਿਆਂ ਪੱਤਿਆਂ 'ਚ ਲੁਕਿਆ ਬੈਠਾ ਹੈ ਜੋ ਸਿਲੀਅਰ ਵਾਲੀ ਪੀਂਗ ਹੈ ਇਸ ਲੜੀ ਤੋਂ ਨਹੀਂ ਉੱਤਰ ਕੇ ਪੀਂਗ 'ਤੇ ਝੂਟਦੀ ਦੇ ਸਿਲੀਅਰ ਦੇ ਡੱਸ ਗਿਆ ਸਿਲੀਅਰ ਪੀਂਗ ਦੇ ਉੱਤੋਂ ਗਸ਼ ਖਾ ਕੇ ਥੱਲੇ ਡਿੱਗ ਪੈਂਦੀ ਹੈ ਕੁੜੀਆਂ ਆਲੇ ਦੁਆਲੇ ਹੋ ਜਾਂਦੀਆਂ ਹੈ ਆਣ ਕੇ ਕੁੜੀਆਂ ਨੇ ਰਾਜੇ ਸਿੰਘ ਜੀ ਨੂੰ ਖਬਰ ਪਹੁੰਚਾਈ ਦੱਸੀ ਰਾਣਾ ਜੀ ਰਾਜਾ ਕੈਸੇ ਪ੍ਰਲਾਪ ਕਰਦਾ ਬਣ ਕੇ ਸੀ ਨਾਗ ਜਰੀਲਾ ਪੀਂਗ ਤੇ ਚੜਦਾ ਏ ਸਿਲੀਅਰ ਲੈ ਲਿਆ ਲਾਜਾ ਉਂਗਲੀ ਤੇ ਲੜਦਾ ਏ ਸਿਲੀਅਰ ਲੈ ਲਿਆ ਲਾਜਾ ਉਂਗਲੀ ਤੇ ਲੜਦਾ ਏ ਡੰਗਿਆ ਨਾਗਾਂ ਦਾ ਜਿਹੜਾ ਥੋੜਾ ਨਾ ਖਾਂਦਾ ਏ ਜਿਹਦੀ ਧੀ ਮਿਰਤੂ ਹੋ ਜਵੇ ਨੇੜ ਪੈ ਜਾਂਦਾ ਏ ਪਦਮ ਸਪਲ ਜੀ ਦੇ ਤੇ ਵਾਰ ਕਰੇ ਖਿੱਲੇ ਨਾ ਕਦਮ ਪਦਮ ਸਪਲ ਜੀ ਦੇ ਤੇ ਵਾਰ ਕਰੇ ਗੱਲ ਦਾ ਕੋਈ ਝੂਠ ਨਾ ਜਾਣੀ ਪੂਰਾ ਇਤਵਾਰ ਕਰੇ ਗੱਲ ਦਾ ਕੋਈ ਝੂਠ ਨਾ ਜਾਣੀ ਪੂਰਾ ਇਤਵਾਰ ਕਰੇ ਬਿਜਲੀ ਤੋਂ ਸ਼ਾਟ ਬੁਰੀ ਹਰ ਬੰਦਾ ਫਰਮਾਂਦਾ ਹੈ ਸਿਲੀਅਰ ਤਾਂ ਮਾਰੀਆਂ ਕੁੜੀਆਂ ਨੇ ਡਿੱਗ ਪੀ ਜਦ ਸਿਲੀਅਰ ਤਾਂ ਮਾਰੀਆਂ ਕੁੜੀਆਂ ਨੇ ਸਿਲੀਅਰ ਦੇ ਚਾਰ ਚਫੇਰੇ ਫੌਰਨ ਆ ਜੁੜੀਆਂ ਨੇ ਸਿਲੀਅਰ ਦੇ ਚਾਰ ਚਫੇਰੇ ਫੌਰਨ ਆ ਜੁੜੀਆਂ ਨੇ ਤੱਖੀ ਹੁਣ ਕਾਰੂ ਦੇਸ਼ ਦੀ ਕਲਾ ਵਰਤਾਂਦਾ ਏ ਜਿਹਦੀ ਧੀ ਮਿਰਤੂ ਹੋ ਜਵੇ ਭੁੱਲ ਜਾਂਦਾ ਅਕਲਾਂ ਨੂੰ ਚੜ ਜਾਂਦੇ ਗਹਿਰ ਆਦਮੀ ਭੁੱਲ ਜਾਂਦਾ ਅਕਲਾਂ ਨੂੰ ਪੈਂਦੇ ਨੇ ਬੜੇ ਸਿਆਪੇ ਸੋਹਣੀਆਂ ਸ਼ਕਲਾਂ ਨੂੰ ਪੈਂਦੇ ਨੇ ਬੜੇ ਸਿਆਪੇ ਸੋਹਣੀਆਂ ਸ਼ਕਲਾਂ ਨੂੰ ਕੀਤੀ ਗਲਤੀ ਨੂੰ ਬੰਦਾ ਪਿੱਛੋਂ ਪਛਤਾਉਂਦਾ ਹੈ ਜੈ ਦੀ
ਜਦ ਮੇਲੀ ਲੈ ਆਉਂਦੀ ਏ ਮਿਰਤੂ ਜੀ ਹੋ ਗਈ ਲਾਸ਼ ਜਦ ਮੇਲੀ ਲੈ ਆਉਂਦੀ ਏ ਪੜਦੇ ਕਈ ਜੰਤਰ ਮੰਤਰ ਪੇਸ਼ ਨਾ ਜਾਂਦੀ ਏ ਪੜਦੇ ਕਈ ਜੰਤਰ ਮੰਤਰ ਪੇਸ਼ ਨਾ ਜਾਂਦੀ ਏ ਜੈਸੇ ਦਲਬਾਗ ਦਗ ਦਗਣ ਗੁਰ ਨੂੰ ਟਕਰਾਉਂਦਾ ਏ ਜੇ ਬੀਤੀ ਮਿਰਤੂ ਹੋ ਜਵੇ ਨੇਰ ਪੈ ਜਾਂਦਾ ਏ ਜੇ ਬੀਤੀ ਮਿਰਤੂ ਹੋ ਜਵੇ ਨੇਰ ਪੈ ਜਾਂਦਾ ਏ ਹਾਂਜੀ ਸਾਧ ਸੰਗਤ ਜੀਓ ਜਿਸ ਵਕਤ ਮਾਤਾ ਸਿਲੀਅਰ ਬਹੋਸ਼ ਹੋ ਗਏ ਇਹਨਾਂ ਲੜਕੀਆਂ ਨੇ ਚੱਕਿਆ ਰਾਜਾ ਛਿੰਜੀ ਦੇ ਦਰਬਾਰ 'ਚ ਲੈ ਗਈਆਂ ਰਾਜਾ ਮੰਤਰੀਆਂ ਨੂੰ ਜੰਤਰੀਆਂ ਨੂੰ ਸੱਦਦਾ ਹੈ ਕੋਈ ਜੰਤਰ ਮੰਤਰ ਨਹੀਂ ਚੱਲਦਾ ਕਈ ਗਾਲੂ ਆ ਗਏ ਇੱਧਰ ਬਾਬਾ ਤੱਖੀ ਨਾਗ ਬਿਰਧ ਬ੍ਰਹਿਮਣ ਦਾ ਸਰੂਪ ਧਾਰ ਕੇ ਸ਼ਹਿਰ ਵੱਲ ਨੂੰ ਤੁਰਿਆ ਜਾਂਦਾ ਹੈ ਅੱਗੇ ਕੀ ਵੇਖਿਆ ਸੱਦ ਦੇ ਵਿੱਚ ਖੂਹ ਹੈ ਜਿੱਥੇ ਲੜਕੀਆਂ ਪਾਣੀ ਭਰਦੀਆਂ ਹੌਲੀ ਹੌਲੀ ਬਾਬਾ ਤੱਖੀ ਨਾਗ ਕੁੜੀਆਂ ਦੇ ਕੋਲ ਪਹੁੰਚ ਜਾਂਦਾ ਤੇ ਸਿਲੀਅਰ ਦੀ ਗੱਲ ਸਾਰੀ ਉਸਦੇ ਕੰਨੀ ਪੈ ਗਈ ਉਸਨੇ ਆਖਿਆ ਬੇਟਾ ਕਿਹਦੀ ਗੱਲ ਕਰਦੇ ਹੋ ਇਹਨਾਂ ਆਖਿਆ ਬਾਬਾ ਜੀ ਰਾਜਾ ਛਿੰਝ ਦੀ ਲੜਕੀ ਸਿਲੀਅਰ ਪੀਂਗ ਝੂਰਦੀ ਦੇ ਸਰਪ ਡੱਸ ਗਿਆ ਉਹਦਾ ਕੋਈ ਜੰਤਰ ਮੰਤਰ ਕਿਸੇ ਦੇ ਕੋਲੋਂ ਸਹੀ ਨਹੀਂ ਆਇਆ ਬਾਬਾ ਜੀ ਨੇ ਆਖਿਆ ਬੇਟਾ ਜੇਕਰ ਤੁਸੀਂ ਉਹਨੀ ਮਹੱਲੀ ਮੈਨੂੰ ਲੈ ਚੱਲੋ ਉਹ ਲੜਕੀ ਠੀਕ ਹੋ ਜਾਵੇਗੀ ਇਹਨਾਂ ਕੁੜੀਆਂ ਨੇ ਜਾ ਕੇ ਬਾਬੇ ਛਿੰਝੀ ਰਾਜੇ ਨੂੰ ਦੱਸਿਆ ਛਿੰਝੀ ਰਾਜਾ ਇਸ ਬ੍ਰਹਿਮਣ ਦੇ ਕੋਲ ਆਣ ਕੇ ਜੋ ਬਾਬਾ ਤੱਖੀ ਨਾਗ ਬੁੱਢੇ ਬ੍ਰਹਿਮਣ ਦਾ ਰੂਪ ਧਾਰੀ ਬੈਠਾ ਇਹਦੇ ਕੋਲ ਆਣ ਕੇ ਇੱਕ ਅਰਜ਼ ਕੀਤੀ ਲਾ ਆਉਣ ਵਾਲੀਆਂ ਲਾਈਨਾਂ ਇਹ ਇੰਜ ਅਰਜ਼ ਹੈ ਪਾਣੀ ਸੀ ਪਰਹਣ ਕੁੜੀਆਂ
ਹੌਲੀ ਹੌਲੀ ਦੌੜਦਾ ਦਲੀਲਾ ਜੁੜੀਆਂ ਆਇਆ ਜਿੱਥੇ ਪਾਣੀ ਸੀ ਪਰਹਿਣ ਕੁੜੀਆਂ ਸੋਚਦਾ ਕਹਾਣੀ ਕਰੀ ਤਤਵੀਰ ਦੀ ਕਰਦਾ ਮਦਦ ਗੁੱਗੇ ਯਾਰਾ ਪੀਰ ਦੀ ਕਰਦਾ ਮਦਦ ਗੁੱਗੇ ਯਾਰਾ ਪੀਰ ਦੀ ਕਰਦਾ ਮਦਦ ਗੁੱਗੇ ਯਾਰਾ ਪੀਰ ਦੀ ਪੀਰ ਦੀ ਹੀ ਕਰਦਾ ਮਦਦ ਗੁੱਗੇ ਯਾਰਾ ਪੀਰ ਦੀ ਗੱਲ ਦਿਲ ਬਾਗ ਪਹੁੰਚ ਗਈ ਮੁਹੱਲ ਨੂੰ ਰਾਜਾ ਰਾਣੀ ਪਹੁੰਚਦੇ ਪੰਡਤ ਵੱਲ ਨੂੰ ਗੱਲ ਦਿਲ ਬਾਗ ਪਹੁੰਚ ਗਈ ਮੁਹੱਲ ਨੂੰ ਰਾਜਾ ਰਾਣੀ ਪਹੁੰਚਦੇ ਪੰਡਤ ਵੱਲ ਨੂੰ ਕਰਦੇ ਗੁਲਾਮੀ ਕਾਂਬਲ ਫਕੀਰ ਦੀ ਕਰਦਾ ਮਦਦ ਕਰਦਾ ਮਦਦ ਗੁੱਗੇ ਯਾਰਾ ਪੀਰ ਦੀ ਕਰਦਾ ਮਦਦ ਗੁੱਗੇ ਯਾਰਾ ਪੀਰ ਦੀ ਰਾਜਾ ਤਾਰਾਣੀ ਨੇ ਆਖਿਆ ਬਾਬਾ ਜੀ ਇਹਦੇ ਵਿੱਚ ਕੀ ਵਿਘਨ ਹੈ ਬਾਬਾ ਜੀ ਨੇ ਆਖਿਆ ਮੇਰਾ ਜੋਤਿਸ਼ ਦੱਸ ਰਿਹਾ ਹੈ ਬੇਟਾ ਇਹ ਲੜਕੀ ਤੁਸੀਂ ਪਹਿਲੇ ਕਿਤੇ ਹੋਰਦਰੇ ਮੰਗੀ ਹੋਈ ਸੀ ਤੁਸਾਂ ਉਧਰੋਂ ਜਵਾਬ ਦੇ ਕੇ ਕਿਤੇ ਹੋਰ ਪਾਸੇ ਇਸ ਦਾ ਰਿਸ਼ਤਾ ਕਰ ਦਿੱਤਾ ਹੈ ਜੇ ਤੁਸੀਂ ਇਸ ਗੱਲ ਨੂੰ ਸਮਝੋ ਤੁਹਾਡੀ ਲੜਕੀ ਦਾ ਬਚਾਅ ਹੋ ਸਕਦਾ ਜਿੱਥੇ ਪਹਿਲੋਂ ਮੰਗੀ ਹੋਈ ਸੀ ਉਹਦੇ ਨਾਲ ਇਹਦਾ ਸੰਯੋਗ ਹੈ ਉਸ ਵਕਤ ਦੀ ਕਹਾਣੀ ਇਹ ਐਂਜਰ ਚ ਹੈ ਵਿੱਚ ਮਹਲੀ ਪਹੁੰਚਿਆ ਸੱਪਾਂ ਦਾ ਸਿਰਦਾਰੀ ਕੀ ਵਿਧੀ ਚਲਾਮਦਾ ਅੱਗੇ ਸੁਣੋ ਵਿਚਾਰੇ ਤਿੰਨ ਕੋਲ ਦੇ ਰਾਜਿਆ ਲੜਕੀ ਕਰ ਦਊ ਠੀਕ ਫੌਰਨ ਉੱਠ ਕੇ ਬੈਠ ਜਾਊ ਲੰਬੀ ਨਹੀਂ ਤਰੀਕ ਲੜਕੀ ਕਰ ਦੂੰ ਠੀਕ ਮੈਂ ਦੇਖਣ ਲੋਕ ਤਮਾ ਮੈਂ ਜੇ ਨਾ ਹੋਈ ਸੁਰਜੀਤ ਤੇ ਸਿਰ ਕਰ ਲਈ ਕਤਲਾਮ ਕਹਾਣੀ ਨਾ ਸੁਣੀ ਰਾਜਿਆ ਦੱਸਾਂ ਤੈਨੂੰ ਖੋਲ ਕਹਾਣੀ ਨਾ ਪਹਿਲੀ ਜਗ੍ਹਾ ਵਿਆਹ ਦੇ ਆਪਣੀ ਧੀ ਸਿਆਣੀ ਨਾ ਪਹਿਲੀ ਜਗ੍ਹਾ ਵਿਆਹ ਦੇ ਆਪਣੀ ਧੀ ਸਿਆਣੀ ਨਾ ਸਮਝ ਮੂਰਖਾ ਇੱਕ ਦਿਨ ਕਾਲੇ ਬੂਰੀ ਚਰ ਦੂਗਾ ਸਮਝ ਮੂਰਖਾ ਇੱਕ ਦਿਨ ਕਾਲੇ ਬੂਰੀ ਚਰ ਦੂਗਾ ਸਦਾ ਨਹੀਂ ਸੰਸਾਰ ਸਰੀਰ ਚਲਾਣੇ ਕਰ ਜੂਗਾ ਸਦਾ ਨਹੀਂ ਸੰਸਾਰ ਸਰੀਰ ਚਲਾਣੇ ਕਰ ਜੂਗਾ ਇੱਕ ਥਾਂ ਰਿਸ਼ਤਾ ਕਰਕੇ ਦੂਜੀ ਵਾਰ ਨਹੀਂ ਹੁੰਦਾ
ਇੱਕ ਥਾਂ ਰਿਸ਼ਤਾ ਕਰਕੇ ਦੂਜੀ ਵਾਰ ਨਹੀਂ ਹੁੰਦਾ, ਮਰਦ ਜਵਾਨੋ ਫਿਰ ਜਾਏ ਤਾਂ ਇਤਵਾਰ ਨਹੀਂ ਹੁੰਦਾ, ਮਰਦ ਜਵਾਨੋ ਫਿਰ ਜਾਏ ਤਾਂ ਇਤਵਾਰ ਨਹੀਂ ਹੁੰਦਾ, ਮੁਸਲਮਾਨ ਵਿੱਚ ਕਬਰ ਦੇ ਹਿੰਦੂ ਅੱਗ ਮੇ ਜਲ ਜੂਗਾ, ਮੁਸਲਮਾਨ ਵਿੱਚ ਕਬਰ ਦੇ ਹਿੰਦੂ ਅੱਗ ਮੇ ਜਲ ਜੂਗਾ, ਸਦਾ ਨਹੀਂ ਸੁਨਸਾ ਸਰੀਰ ਚਲਾਣੇ ਕਰ ਜੂਗਾ, ਸਦਾ ਨਹੀਂ ਸੁਨਸਾ ਸਰੀਰ ਚਲਾਣੇ ਕਰ ਜੂਗਾ, ਯਾਰ ਪੀਰ ਬਾਗੜ ਦਾ ਰਾਜਾ ਮਰਦਨ ਕਾਰਾ ਨਹੀਂ, ਯਾਰ ਪੀਰ ਬਾਗੜ ਦਾ ਰਾਜਾ ਮਰਦਨ ਕਾਰਾ ਨਹੀਂ, ਤੂੰ ਬਚਣਾ ਤੋਂ ਫਿਰਿਆ ਤਾਈਓ ਚੱਲਿਆ ਚਾਰਾ ਨਹੀਂ, ਤੂੰ ਬਚਣਾ ਤੋਂ ਫਿਰਿਆ ਤਾਈਓ ਚੱਲਿਆ ਚਾਰਾ ਨਹੀਂ, ਯਾਰ ਪੀਰ ਦੀ ਰਾਣੀ ਸਿਲਿਅਰ ਕਿਹੜਾ ਵਰਜੂਗਾ, ਯਾਰ ਪੀਰ ਦੀ ਰਾਣੀ ਸਿਲਿਅਰ ਕਿਹੜਾ ਵਰਜੂਗਾ, ਸਦਾ ਨਹੀਂ ਸੁਨਸਾ ਸਰੀਰ ਚਲਾਣੇ ਕਰ ਜੂਗਾ, ਸਦਾ ਨਹੀਂ ਸੁਨਸਾ ਸਰੀਰ ਚਲਾਣੇ ਕਰ ਜੂਗਾ, ਤੋਰ ਸਾਹੇ ਦੀ ਚਿੱਠੀ ਗੱਲ ਵਿੱਚ ਥੋੜੀ ਨਾ ਰਹਿ ਜਾਵੇ, ਤੋਰ ਸਾਹੇ ਦੀ ਚਿੱਠੀ ਗੱਲ ਵਿੱਚ ਥੋੜੀ ਨਾ ਰਹਿ ਜਾਵੇ, ਬਾਰ ਬਾਰ ਗੱਲ ਕਰਨੀ ਮੁੜ ਕੇ ਲੋੜ ਨਾ ਰਹਿ ਜਾਵੇ, ਬਾਰ ਬਾਰ ਗੱਲ ਕਰਨੀ ਮੁੜ ਕੇ ਲੋੜ ਨਾ ਰਹਿ ਜਾਵੇ, ਸੱਚ ਲਿਖਿਆ ਦਲਵਾ ਗਿਤ ਕਾਰ ਜਦੋਂ ਦਾ ਸਰ ਜੂਗਾ, ਸੱਚ ਲਿਖਿਆ ਦਲਵਾ ਗਿਤ ਕਾਰ ਜਦੋਂ ਦਾ ਸਰ ਜੂਗਾ, ਸਦਾ ਨਹੀਂ ਸੁਨਸਾ ਸਰੀਰ ਚਲਾਣੇ ਕਰ ਜੂਗਾ, ਸਦਾ ਨਹੀਂ ਸੰਸਾਰ ਸਰੀਰ ਚਲਾਣੇ ਕਰ ਜੂਗਾ, ਸਦਾ ਨਹੀਂ ਸੰਸਾਰ ਸਰੀਰ ਚਲਾਣੇ ਕਰ ਜੂਗਾ। ਸਾਧ ਸਿੰਘ ਜੀਓ, ਰਾਜਾ ਛਿੰਜੀ ਨੇ ਬਚਨ ਦਿੱਤੇ ਹੋਏ ਸਨ ਜਦ ਬਾਬਾ ਜੀ ਨੇ ਇਹ ਗੱਲ ਕਹੀ ਵੀ ਗੁੱਗੇ ਯਾਰ ਪੀਰ ਦੇ ਨਾਲ ਇਹਦਾ ਸੰਯੋਗ ਹੈ, ਤੋ ਰਾਜਾ ਛਿੰਜੀ ਨੇ ਆਖਿਆ ਠੀਕ ਹੈ ਮੈਂ ਸਾਹੇ ਚਿੱਠੀ ਦੇ ਦਿੰਦਾ, ਪਰ ਇੱਕ ਚੀਜ਼ ਹੈ, ਅੱਠਾਂ ਦਿਨਾਂ ਦਾ ਮੈਂ ਵਕਫਾ ਦਿੰਦਾ, ਜੇ ਅੱਠਾਂ ਦਿਨਾਂ ਦੇ ਅੰਦਰ ਅੰਦਰ ਗੁੱਗਾ ਯਾਰ ਪੀਰ ਜਨੇਤ ਲੈ ਕੇ ਆ ਜਾਵੇ ਤਾਂ ਮੇਰਾ ਰਿਸ਼ਤਾ ਪੱਕਾ ਹੈ, ਨਹੀਂ ਤੇ ਮੇਰਾ ਰਿਸ਼ਤਾ ਕੱਚਾ ਹੈ। ਲਓ ਸਾਧ ਸਿੰਘ ਜੀਓ, ਇਹ ਹੁਣ ਮੰਗ ਸਰ ਕਰਕੇ ਵਾਪਸੀ ਦੀ ਤਿਆਰੀ ਕਰਦਾ, ਇਧਰੋਂ ਛਿੰਜੀ ਰਾਜਾ ਸਾਹੇ ਚਿੱਠੀ ਲਿਖ ਰਿਹਾ, ਦੱਸੀ ਰਾਣਾ ਜੀ ਆਉਣ ਵਾਲੀਆਂ ਲਾਈਨਾਂ ਇਹ ਇੰਜਰਤ ਹੈ। ਕਾਰਜ ਕਰਕੇ ਆਪਣਾ ਕੱਖੀ ਪੈ ਗਿਆ ਰਾ, ਕਾਰਜ ਕਰਕੇ ਆਪਣਾ ਕੱਖੀ ਪੈ ਗਿਆ ਰਾ, ਕਰੀ ਸਾਹਿਬ ਚਿੱਠੀ ਭੇਜਣੀ, ਚਾਹੇ ਚਿੱਠੀ ਭੇਜੜੀ ਤੇ ਰਾਜਾ ਕਰੇ ਸਲਾ, ਸਵਾ ਸੇਰ ਖਸ ਖਾਸ ਦੇ, ਸਵਾ ਸੇਰ ਖਸ ਖਾਸ ਦੇ,
ਆਖੇ ਮੁਖ ਚੋਂ ਬਾਤ ਸਵਾ ਸੇਰ ਖਸ ਖਸ ਦੇ ਆਖੇ ਮੁਖ ਚੋਂ ਬਾਤ ਇਹਦੇ ਨੇ ਅਠ ਮੈਨੂੰ ਟੁੱਕ ਜਾਏ ਮੈਨੂੰ ਟੁੱਕ ਜਾਏ ਦਿਨ ਅੱਜ ਮੈਨੂੰ ਟੁੱਕ ਜਾਏ ਲੈ ਕੇ ਇੰਨੀ ਬਰਾਤ ਜੇ ਨਾ ਦਿਨ ਤੇ ਪਹੁੰਚਿਆ ਉਹ ਜੇ ਨਾ ਦਿਨ ਤੇ ਪਹੁੰਚਿਆ ਸਾਡਾ ਹੋਊ ਜਵਾਬ ਜੇ ਨਾ ਦਿਨ ਤੇ ਪਹੁੰਚਿਆ ਸਾਡਾ ਹੋਊ ਜਵਾਬ ਇਹ ਫਿਰ ਨਾ ਵਿਆਹ ਦੇ ਵਾਸਤੇ ਉਹ ਫਿਰ ਨਾ ਵਿਆਹ ਦੇ ਵਾਸਤੇ ਵੀ ਲੈਣਾ ਤੁਸੀਂ ਖੁਆਵੇ ਫਿਰ ਨਾ ਵਿਆਹ ਦੇ ਵਾਸਤੇ ਲੈਣਾ ਤੁਸੀਂ ਖੁਆਵੇ ਫਿਰ ਨਾ ਵਿਆਹ ਦੇ ਵਾਸਤੇ ਸਾਧ ਸੰਗਤ ਜੀਓ ਬਾਬਾ ਤੱਖੀ ਨਾਗ ਵਾਪਸ ਗੁਰੂ ਗੋਰਖ ਦੇ ਕੋਲ ਆ ਗਿਆ ਆਣ ਕੇ ਸਾਰੀ ਵਿਆਖਿਆ ਦੱਸੀ ਹੈ ਕਿ ਮੈਂ ਮੰਗ ਸਰ ਕਰ ਆਇਆ ਗੁੱਗੇ ਯਾਰਾ ਪੇਰ ਦੇ ਇੱਧਰ ਸ਼ਿੰਜੀ ਰਾਜੇ ਨੇ ਸਾਹਿਬ ਚਿੱਠੀ ਲਿਖ ਦਿੱਤੀ ਆਪਣੇ ਪੰਡਿਤ ਦੇ ਕੋਲ ਇਤਿਹਾਸ ਦੱਸਦਾ ਕਿ ਸਵਾ ਸੇਰ ਖਸਖਾਸ ਭੇਜ ਦਿੱਤੀ ਕਿ ਦਾਣੇ ਦਾਣੇ ਮਗਰ ਬਰਾਤ ਆਵੇ ਲੇਕਿਨ ਆਵੇ ਵੀ ਅੱਜ ਤੋਂ ਅੱਠਵੇਂ ਦਿਨ ਨੂੰ ਜੇ ਤਾਂ ਅੱਠਵੇਂ ਦਿਨ ਨੂੰ ਆ ਜਾਵੇ ਤੇ ਮੰਗ ਤੇਰੀ ਹੈ ਜੇਕਰ ਤੂੰ ਅੱਠਵੇਂ ਦਿਨ ਨੂੰ ਨਾ ਆਇਆ ਤੈਨੂੰ ਜਵਾਬ ਮਿਲ ਜਾਵੇਗਾ ਇਹ ਸਾਹਿਬ ਚਿੱਠੀ ਗੁੱਗੇ ਯਾਰਾ ਪੀਰ ਦੇ ਕੋਲ ਪਹੁੰਚ ਗਈ ਆ ਮੈਂ ਗੁੱਗਾ ਯਾਰਾ ਪੀਰ ਆਪਣੇ ਗੁਰੂ ਗੋਰਖ ਦੇ ਕੋਲ ਜਾ ਕੇ ਜੰਝ ਦੀ ਤਿਆਰੀ ਕਰਦਾ ਦੱਸੀ ਰਾਣਾ ਜੀ ਇਹ ਕਿਹੜੇ ਕਿਹੜੇ ਦੇਵਤੇ ਗੁੱਗਾ ਯਾਰਾ ਪੀਰ ਦੇ ਨਾਲ ਜਨੇਤੇ ਚੜ੍ਹਦੇ ਆ ਇਹ ਇੰਜ ਬਿਆਨ ਹੈ ਬੰਨ ਲਈ ਗੁਰੂ ਨੂੰ ਧਿਆਉਂਦਾ ਨਾਲੇ ਸੁੱਖ ਮੰਨ ਲਈ ਯਾਰ ਬਲੀ ਜੰਝ ਦੀ ਤਿਆਰੀ ਬੰਨ ਲਈ ਗੁਰੂ ਨੂੰ ਧਿਆਉਂਦਾ ਨਾਲੇ ਸੁੱਖ ਮੰਨ ਲਈ ਸਿੰਜੀ ਵਾਲੇ ਮਾਨ ਨੂੰ ਗਰਾਉਣ ਚੱਲਿਆ ਯਾਰ ਪੀਰ ਸਿਰੀ ਯਾਰ ਵਿਆਹੁਣ ਚੱਲਿਆ ਯਾਰ ਪੀਰ ਸਿਰੀ ਯਾਰ ਵਿਆਹੁਣ ਚੱਲਿਆ ਯਾਰ ਪੀਰ ਸਿਰੀ ਯਾਰ ਵਿਆਹੁਣ ਚੱਲਿਆ ਚਾਰ ਦਾ ਨਿਹਾਰੀਆਂ ਮਰਦ ਗਾਜੀ ਕਰ ਲਿਆ ਤਿਆਰ ਨੀਲੇ ਭਵਰਤਾ ਜੀ ਨੂੰ ਚਾਰ ਦਾ ਨਿਹਾਰੀਆਂ ਮਰਦ ਗਾਜੀ ਉਹ ਕੀਤੇ ਹੋਏ ਬੋਲਾਂ ਨੂੰ ਭਗਾਉਣ ਚੱਲਿਆ ਯਾਰ ਪੀਰ ਸਿਰੀ ਯਾਰ ਵਿਆਹੁਣ ਚੱਲਿਆ ਯਾਰ ਪੀਰ ਸਿਰੀ ਯਾਰ ਵਿਆਹੁਣ ਚੱਲਿਆ ਯਾਰ ਪੀਰ ਸਿਰੀ ਯਾਰ ਵਿਆਹੁਣ ਚੱਲਿਆ ਨੀਲਾ ਪਹੁਰਤਾ ਜਿਸ ਪੁੱਤਰ ਪਾਉਣ ਦਾ ਉੱਡਦਾ ਹਵਾ ਚ ਜੋਸ਼ਰਾਤਾ ਸੌਣ ਦਾ ਉਲਝੀਆਂ ਕੰਧਾਂ ਸਿਲ ਜਾਣ ਚੱਲਿਆ ਯਾਰ ਪੀਰ ਸਿਰ ਯਾਰ ਵਿਆਹੁਣ ਚੱਲਿਆ ਯਾਰ ਪੀਰ ਸਿਰ ਯਾਰ ਵਿਆਹੁਣ ਚੱਲਿਆ ਯਾਰ ਪੀਰ ਸਿਰ ਯਾਰ ਵਿਆਹੁਣ ਚੱਲਿਆ
ਪਾਸਾ ਚੱਲੇ ਕੌਣ ਕੌਣ ਜੀ, ਲੱਗਿਆ ਕਹਾਣੀ ਸਾਰੀ ਸਮਝਾਉਣ ਜੀ। ਨਾਲ ਦੱਸਾਂ ਚੱਲੇ ਕੌਣ ਕੌਣ ਜੀ, ਉਹ ਚੱਲਿਆ ਕਹਾਣੀ ਸਾਰੀ ਸਮਝਾਉਣ ਜੀ, ਜਾਦੂਗਰਾਂ ਤਾਈਂ ਸਮਝਾਉਣ ਚੱਲਿਆ, ਯਾਰ ਪੀਰ ਸ਼੍ਰੀ ਯਾਰ ਵਿਆਉਣ ਚੱਲਿਆ, ਯਾਰ ਪੀਰ ਸ਼੍ਰੀ ਯਾਰ ਵਿਆਉਣ ਚੱਲਿਆ, ਯਾਰ ਪੀਰ ਸ਼੍ਰੀ ਯਾਰ ਵਿਆਉਣ ਚੱਲਿਆ। ਗੁਰੂ ਗੋਰਖਨਾਥ ਨੂੰ ਤਿਆਰ ਕਰਿਆ, ਹੱਥ ਜੋੜ ਸੀ ਚਰਨਾਂ ਤੇ ਤਰਿਆ, ਗੁਰੂ ਗੋਰਖਨਾਥ ਨੂੰ ਤਿਆਰ ਕਰਿਆ, ਹੱਥ ਜੋੜ ਸੀ ਚਰਨਾਂ ਤੇ ਤਰਿਆ, ਪਾਪੀਆਂ ਨੂੰ ਪਾਪਾ ਤੋਂ ਹਟਾਉਣ ਚੱਲਿਆ, ਯਾਰ ਪੀਰ ਸ਼੍ਰੀ ਯਾਰ ਵਿਆਉਣ ਚੱਲਿਆ, ਯਾਰ ਪੀਰ ਸ਼੍ਰੀ ਯਾਰ ਵਿਆਉਣ ਚੱਲਿਆ, ਯਾਰ ਪੀਰ ਸ਼੍ਰੀ ਯਾਰ ਵਿਆਉਣ ਚੱਲਿਆ। ਆਗੇ ਨੇ ਚੁਰਾਸੀ ਸਿੱਧ ਜੀ, ਛੇਵੇਂ ਜੱਤੀ ਜਾਣ ਦੀ ਬਣਾਉਣ ਵਿੱਧ ਜੀ, ਨੌਵੇਂ ਨਾਥੀ ਆਗੇ ਨੇ ਚੁਰਾਸੀ ਸਿੱਧ ਜੀ, ਛੇਵੇਂ ਜੱਤੀ ਜਾਣ ਦੀ ਬਣਾਉਣ ਵਿੱਧ ਜੀ, ਮਿਹਰਾਂ ਦਾ ਬਦਲ ਬਰਸਾਉਣ ਚੱਲਿਆ, ਯਾਰ ਪੀਰ ਸ਼੍ਰੀ ਯਾਰ ਵਿਆਉਣ ਚੱਲਿਆ, ਯਾਰ ਪੀਰ ਸ਼੍ਰੀ ਯਾਰ ਵਿਆਉਣ ਚੱਲਿਆ, ਯਾਰ ਪੀਰ ਸ਼੍ਰੀ ਯਾਰ ਵਿਆਉਣ ਚੱਲਿਆ। ਵੀਰ ਜੀ ਸਵਾ ਲੱਖ ਚੇਲਾ ਅਸਲੀ ਫਕੀਰ ਜੀ, ਜੋਗਣੀਆਂ ਚੌਂਟ ਤੇ 52 ਵੀਰ ਜੀ, ਸਵਾ ਲੱਖ ਚੇਲਾ ਅਸਲੀ ਫਕੀਰ ਜੀ, ਜੈਸ ਰਾਮ ਰਾਮ ਨਾ ਹਰਾਉਣ ਚੱਲਿਆ, ਯਾਰ ਪੀਰ ਸ਼੍ਰੀ ਯਾਰ ਵਿਆਉਣ ਚੱਲਿਆ, ਯਾਰ ਪੀਰ ਸ਼੍ਰੀ ਯਾਰ ਵਿਆਉਣ ਚੱਲਿਆ, ਯਾਰ ਪੀਰ ਸ਼੍ਰੀ ਯਾਰ ਵਿਆਉਣ ਚੱਲਿਆ। ਸਿੰਘ ਜੀ ਨਾਰਦ ਦੀ ਖੁਸ਼ੀ ਚ ਵਜਾਉਂਦਾ ਕਿੰਗ ਜੀ, ਹਨੂਮਾਨ ਭੀਮ ਸੈਨ ਨਾਰ ਸਿੰਘ ਜੀ ਨਾਰਦ ਦੀ ਖੁਸ਼ੀ ਚ ਵਜਾਉਂਦਾ ਕਿੰਗ ਜੀ, ਪਾਪਾ ਦੇ ਮਹੱਲਾ ਤਾਏ ਡਾਉਣ ਚੱਲਿਆ, ਯਾਰ ਪੀਰ ਸ਼੍ਰੀ ਯਾਰ ਵਿਆਉਣ ਚੱਲਿਆ, ਯਾਰ ਪੀਰ ਸ਼੍ਰੀ ਯਾਰ ਵਿਆਉਣ ਚੱਲਿਆ, ਯਾਰ ਪੀਰ ਸ਼੍ਰੀ ਯਾਰ ਵਿਆਉਣ ਚੱਲਿਆ। ਪਤਾਲ ਨੇ ਗੱਲ ਕੀ ਵਧਾਉਣੀ ਸਭ ਨਾਲ ਨਾਲ ਨੇ, ਕੁਝ ਕੁ ਆਕਾਸ਼ ਕੁਝ ਕੁ ਪਤਾਲ ਨੇ, ਗੱਲ ਕੀ ਵਧਾਉਣੀ ਸਭ ਨਾਲ ਨਾਲ ਨੇ, ਗੀਤ ਦਿਲ ਬਾਗ ਵੀ ਬਣਾਉਣ ਚੱਲਿਆ, ਯਾਰ ਪੀਰ ਸ਼੍ਰੀ ਯਾਰ ਵਿਆਉਣ 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 ਚੱਲਿਆ।
ਅਰਦਾਸ ਬਾਵਾ ਇਹੋ ਅਰਦਾਸ ਦਾਤਾ ਕਰੀ ਮਨਜ਼ੂਰ ਮੇਰੀ ਇਹੋ ਅਰਦਾਸ ਬਾਵਾ ਇਹੋ ਅਰਦਾਸ ਦਾਤਾ ਕਰੀ ਮਨਜ਼ੂਰ ਮੇਰੀ ਕਰੀ ਨੀਤ ਮੇਰੀ ਸਾਫ ਕਰੀ ਤਰੱਕੀ ਹਰ ਹਾਲ ਦੇਵੀ ਇੱਜ਼ਤਾਂ ਦੇ ਨਾਲ ਦੇਵੀ ਰੱਖਾਂ ਸਦਾ ਆਸ ਦਾਤਾ ਇਹੋ ਅਰਦਾਸ ਬਾਵਾ ਇਹੋ ਅਰਦਾਸ ਦਾਤਾ ਕਰੀ ਮਨਜ਼ੂਰ ਮੇਰੀ ਇਹੋ ਅਰਦਾਸ ਬਾਵਾ ਇਹੋ ਅਰਦਾਸ ਦਾਤਾ ਕਰੀ ਮਨਜ਼ੂਰ ਮੇਰੀ ਲਵੀ ਚਰਨਾ ਨਾ ਲਾ ਲਵੀ ਮੈਨੂੰ ਅਪਣਾ ਲਵੀ ਕੋਲ ਤੂੰ ਬਿਠਾ ਲਵੀ ਸਿੱਧੇ ਰਾਹੇ ਪਾ ਦੇਵੀ ਮੰਜ਼ਿਲਾਂ ਦਿਖਾ ਦੇਵੀ ਫੜ ਕੇ ਲੰਘਾ ਦੇਵੀ ਔਖਾ ਕੋਈ ਨਾ ਰਾਹ ਦੇਵੀ ਨਾ ਡੋਲਣ ਸਵਾਸ ਦਾਤਾ ਇਹੋ ਅਰਦਾਸ ਮੇਰੀ ਇਹੋ ਅਰਦਾਸ ਦਾਤਾ ਕਰੀ ਮਨਜ਼ੂਰ ਮੇਰੀ ਇਹੋ ਅਰਦਾਸ ਬਾਵਾ ਇਹੋ ਅਰਦਾਸ ਦਾਤਾ ਕਰੀ ਮਨਜ਼ੂਰ ਮੇਰੀ ਲਾਈਆਂ ਵਿੱਚ ਜਾਵਾਂ ਰੋਟ ਹੱਥਾਂ ਨਾ ਬਣਾਵਾਂ ਤੂੰ ਨਾ ਤੇਰਾ ਮੈਂ ਸਜਾਵਾਂ ਰਾਖ ਮੱਥੇ ਨਾਲ ਲਾਵਾਂ ਰਤਨੋਂ ਦਾ ਲਾਲ ਤੂੰ ਏ ਵਿਸ਼ਨੂੰ ਦਵਾਲ ਤੂੰ ਏ ਭਗਤਾਂ ਦੇ ਨਾਲ ਤੂੰ ਏ ਰੱਖਦਾ ਖਿਆਲ ਤੂੰ ਏ ਹੱਥ ਜੋੜੇ ਦਾਸ ਦਾਤਾ ਇਹੋ ਅਰਦਾਸ ਬਾਵਾ ਇਹੋ ਅਰਦਾਸ ਦਾਤਾ ਕਰੀ ਮਨਜ਼ੂਰ ਮੇਰੀ ਇਹੋ ਅਰਦਾਸ ਬਾਵਾ ਇਹੋ ਅਰਦਾਸ ਦਾਤਾ ਕਰੀ ਮਨਜ਼ੂਰ ਮੇਰੀ ਪਿਆਰ ਕਰਾਂ ਸੱਚ ਦਾ ਵਪਾਰ ਕਰਾਂ ਧੀ ਦਾ ਸਤਿਕਾਰ ਕਰਾਂ ਕਦੇ ਨਾ ਹੰਕਾਰ ਕਰਾਂ ਡੋਲੇ ਨਾ ਇਮਾਨ ਕਦੇ ਗੁਰੂ ਦਾ ਗਿਆਨ ਕਦੇ ਤੇਰੀ ਪਹਿਚਾਣ ਕਰੇ ਸੱਚ ਦਾ ਨਿਸ਼ਾਨ ਕਰੇ ਰੂਹ ਕਰ ਸਾਫ ਦਾਤਾ ਇਹੋ ਅਰਦਾਸ ਬਾਵਾ ਇਹੋ ਅਰਦਾਸ ਦਾਤਾ ਕਰੀ ਮਨਜ਼ੂਰ ਮੇਰੀ ਇਹੋ ਅਰਦਾਸ ਬਾਵਾ ਇਹੋ ਅਰਦਾਸ ਦਾਤਾ ਕਰੀ ਮਨਜ਼ੂਰ ਮੇਰੀ
ब्रह्मचारी लीला तेरी है नियारी भगती है तेरी पारी कहिंदे तेनू पौणा हारी अंतरयामी तू ए जग दा स्वामी तू ए सच्चा कारनामी तू ए रूप लसानी तू ए जग दा ए खास दाता एहो अरदास बावा एहो अरदास दाता करी मंजूर मेरी एहो अरदास बावा एहो अरदास दाता करी मंजूर मेरी तारी बाबा शिव अवतारी बाबा गले सिंगी तारी बाबा खेड माया तारी बाबा गुफा विच डेरा तेरा साडे कर पावी फेरा दूर कर दे हनेरा सुखा वाला दे सवेरा रख सदा पास दाता एहो अरदास बाबा एहो अरदास दाता करी मंजूर मेरी एहो अरदास बाबा एहो अरदास दाता करी मंजूर मेरी Oh!
ਲਿਆ ਪ੍ਰਸ਼ਾਦ ਲੈ ਲੈ ਪ੍ਰਭਾਵ ਤਾਂ ਦੇਖੇ ਨੀ ਬੜੇ ਵਧੀਆ ਪ੍ਰਭਾਵ ਕੱਢੇ ਆਹ
Oh!
ਕੋਈ ਮੰਗਦਾ ਮਿਲਖ ਜਗੀਰ ਜੋਗੀ ਇੱਕ ਨਜ਼ਰ ਕਰਮ ਦੀ ਕਰ ਸਾਇਆ ਨਾ ਰਹੇ ਕਿਸੇ ਨੂੰ ਖੋੜ ਜੋਗੀ ਨਾ ਰਹੇ ਕਿਸੇ ਨੂੰ ਖੋੜ ਜੋਗੀ ਦਿੱਤਾ ਬਾਬਾ ਜੀ ਨੇ ਆ ਦਿੱਤਾ ਬਾਬਾ ਜੀ ਨੇ ਦਿੱਤਾ ਬਾਬਾ ਜੀ ਨੇ ਆਸ ਰੱਬ ਤੇਰਾ ਮੈਂ ਦੁਨੀਆ ਤੋਂ ਨਹੀਂ ਮੰਗਦਾ ਦਿੱਤਾ ਬਾਬਾ ਜੀ ਨੇ ਆਸ ਰੱਬ ਤੇਰਾ ਮੈਂ ਦੁਨੀਆ ਤੋਂ ਨਹੀਂ ਮੰਗਦਾ ਲਾਇਆ ਬਾਬਾ ਜੀ ਨੇ ਹਾਂ ਲਾਇਆ ਬਾਬਾ ਜੀ ਨੇ ਲਾਇਆ ਬਾਬਾ ਜੀ ਨੇ ਦਿਲ ਵਿੱਚ ਡੇਰਾ ਹੋ ਨਿੱਤ ਨੇੜੇ ਹੋ ਕੇ ਲੰਘਦਾ ਦਿੱਤਾ ਬਾਬਾ ਜੀ ਨੇ ਆਸ ਰੱਬ ਤੇਰਾ ਮੈਂ ਦੁਨੀਆ ਤੋਂ ਨਹੀਂ ਮੰਗਦਾ ਲਿਖੇ ਪਗ ਤਾਂ ਦੀ ਤਕਦੀਰਾਂ ਜੋਗੀ ਆਪ ਲਿਖੇ ਪਗ ਤਾਂ ਦੀ ਤਕਦੀਰਾਂ ਕਿਹੜੇ ਰੰਗ ਵਿੱਚ ਹਾਂ ਕਿਹੜੇ ਰੰਗ ਵਿੱਚ ਕਿਹੜੇ ਰੰਗ ਵਿੱਚ ਖੇਡੇ ਜੋਗੀ ਮੇਰਾ ਪਤਾ ਨੀ ਮੈਨੂੰ ਉਹਦੇ ਰੰਗ ਦਾ ਦਿੱਤਾ ਬਾਬਾ